ਅਗਰ ਤਾਂ ਕੋਈ ਮੁੰਡਾ ਡੇਟ ਤੇ ਲੈ ਕੇ ਜਾਣਾ ਚਾਹੁੰਦਾ ਹੋਵੇ ਹੂੰ ਤੇ ਉਹ ਤਿੰਨ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਖਾਸ ਚੀਜ਼ਾਂ ਦਾ ਉਹਨੂੰ ਖਿਆਲ ਰੱਖਣਾ ਪਊਗਾ ਤੁਹਾਨੂੰ ਡੇਟ ਤੇ ਲੈ ਕੇ ਜਾਦੇ ਹਾਂ کھانا اچھا ਹੋਊਗਾ ਤਾਂ ਮੈਂ ਜੀ ਦੇ ਦੂੰਗੀ ਤੁਸੀਂ ਸ਼ਾਹੀ ਮਾਜਰਾ ਚ ਇੱਕ ਐਸਐਚਓ ਦਾ ਕੈਰੇਕਟਰ ਪਲੇ ਦਿੱਤਾ ਠੀਕ ਹੈ ਇਫ ਇਨ ਰੀਅਲ ਤੁਹਾਨੂੰ ਇੱਕ ਦਿਨ ਲਈ ਐਸਐਚਓ ਬਣਾ ਦਿੱਤਾ ਜਾਵੇ ਜੀ ਤਾਂ ਕੋਈ ਇੱਕ ਲਾ ਜਿਹੜਾ ਤੁਸੀਂ ਲਿਆਉਂਗੇ ਜਾਂ ਤੁਸੀਂ ਕੀ ਬਦਲਾਵ ਲਿਆਣ ਦੀ ਕੋਸ਼ਿਸ਼ ਕਰੋਗੇ ਉਹ ਇੱਕ ਦਿਨ ਵਿੱਚ ਕਿ ਸਾਡੀ ਜਿੱਦਾਂ ਪੰਜਾਬੀ ਪੰਜਾਬ ਪੁਲਿਸ ਆ ਜਾਂ ਚੰਡੀਗੜ੍ਹ ਪੁਲਿਸ ਆ ਮੈਂ ਬਹੁਤ ਦੇਖੇ ਨੇ ਮਤਲਬ ਜਿਹੜੇ ਕਾਫੀ ਟਾਈਮ ਹੋ ਗਿਆ ਜਿਨ੍ਹਾਂ ਨੂੰ ਪੁਲਿਸ ਡਿਪਾਰਟਮੈਂਟ ਦੇ ਵਿੱਚ ਉਹਨਾਂ ਦੇ ਵੱਡੇ ਵੱਡੇ ਟੈਡ ਹੁੰਦੇ ਆ ਸੋ ਮੈਂ ਉਹਨਾਂ ਨੂੰ ਕਹਿਣਾ ਚਾਹੂੰਗੀ ਕਿ ਥੋੜੀ ਥੋੜੀ ਜੀ ਮਤਲਬ ਡਾਈਟਿੰਗ ਕਰੋ ਐਂਡ ਆਈ ਵਿਲ ਟ੍ਰੇਨ ਯੂ ਇਹ ਸ਼ਾਹੀ ਮਾਰ ਰਿਹਾ ਇੱਕ ਬਹੁਤ ਹੀ ਆਈ ਫੀਲ ਤਗੜਾ ਜਵਾਬ ਹੈ ਸਾਰਿਆਂ ਦੇ ਮੂੰਹ ਤੇ ਬਹੁਤ ਸੋਹਣੇ ਲੱਗ ਰਹੇ ਹੋ ਥੈਂਕ ਯੂ ਯਾ ਅਵੇਸੇ ਤਾਂ ਹਮੇਸ਼ਾ ਲੱਗਦੇ ਹੋ ਬਟ ਹੁਣ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਠੀਕ ਹੈ ਤੁਸੀਂ ਬਿਮਾਰ ਸੱਚਕਲ ਮੈਂ ਹਾਂ ਤੁਹਾਡੀ ਡਿਜੀਟਲ ਅਸਿਸਟੈਂਟ ਸੁਰੇਲੀ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ði ਕ੍ਰਾਸ ਇੰਟਰਵਿਊ ਸੀਜ਼ਨ 2 ਅੱਜ ਸੈੱਟ ਦਾ ਮਾਹੌਲ ਬੜਾ ਹੀ ਐਨਰਜੈਟਿਕ ਗਲੈਮਰਸ ਤੇ ਫੁੱਲ ਔਨ ਟੈਲੈਂਟ ਨਾਲ ਭਰਿਆ ਹੋਇਆ ਕਿਉਂਕਿ ਅੱਜ ਸਾਡੇ ਗੈਸਟ ਉਹ ਨੇ ਜਿਨ੍ਹਾਂ ਦੀ ਫਿਲਮਾਂ ਭਾਵੇਂ ਥੋੜੀਆਂ ਨੇ ਪਰ ਸਕਰੀਨ ਤੇ ਆਪਣੀ ਐਕਟਿੰਗ ਸਕਿਲਸ ਨਾਲ ਗਿਣਤੀ ਭੁਲਾ ਦਿੰਦੀ ਹੈ ਮੇਰੇ ਇੱਕ ਪਾਸੇ ਬੈਠੇ ਨੇ ਐਸ ਐਚਓ ਗੁਰਨਾਜ਼ ਯਾਨੀ ਸਾਵਨ ਰੂਪੋ ਵਾਲੀ ਜੋ ਆਪਣਾ ਹਰ ਕੰਮ ਬੜੀ ਸ਼ਿੱਦਤ ਤੇ ਆਪਣੇ ਸਟਾਈਲ ਨਾਲ ਕਰਦੀ ਹੈ ਤੇ ਨਾਲ ਹੈ ਅਗਮਾਨ ਯਾਨੀ ਨਿਕੀਤ ਟਿਲੋਂ ਜਿਨ੍ਹਾਂ ਨੇ ਸ਼ਾਹੀ ਮਾਜਰਾ ਚ ਆਪਣੀ ਐਕਟਿੰਗ ਨਾਲ ਹਨੇਰੀ ਲਿਆ ਰੱਖੀ ਹੈ ਸੋ ਪਲੀਜ਼ ਵੈਲਕਮ ਸਾਵਨ ਰੂਪੋ ਵਾਲੀ ਐਂਡ ਨਿਕੀਤ ਟਿਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੰਡੀਜੀ ਤੁਸੀਂ ਜਿਸ ਦਾ ਸਾਨੂੰ ਗਰਾਤਾ ਦਿੱਤਾ। ਪਹਿਲਾਂ ਮੈਨੂੰ ਲੱਗਦਾ ਸੀ ਬਈ ਮੈਂ ਹੀ ਸੋਹਣੀ ਆ ਪਰ ਤੁਹਾਨੂੰ ਦੋਵਾਂ ਨੂੰ ਵੇਖਦੇ ਮੈਂ ਆਪਣੀ ਤਾਰੀਫ ਥੋੜੀ ਘੱਟ ਕਰਨ ਲੱਗ ਗਈ ਆ। ਪਰ ਹੁਣ ਤਾਂ ਸੱਚੀ ਤਾਰੀਫ ਤੁਹਾਡੀ ਬਣਦੀ ਆ। ਕਿਉਂਕਿ ਤੁਸੀਂ ਪੁੱਛਣ ਵਾਲੇ ਹੋ ਸਵਾਲ ਇੱਕ ਦੂਜੇ ਨੂੰ ਤੇ ਦੇਣ ਵਾਲੇ ਉਹਨਾਂ ਦਾ ਜਵਾਬ। ਤਾਂ ਫੇਰ ਹੋ ਜੋ ਕੁੜੀਓ ਤਿਆਰ। ਅੱਜ ਆਪਾਂ ਬੈਜਾ ਬੈਜਾ ਕਰਾਉਣੀ ਐ। ਸਾਵਨ ਪਹਿਲਾਂ ਤੁਸੀਂ ਪੁੱਛੋਗੇ ਸਵਾਲ ਨਕੀਤ ਨੂੰ। ਓਕੇ। ਸਟ੍ਰੇਟ ਨਿਕੀਤ ਰੈਡੀ ਹੋ ਤੁਸੀਂ ਮੇਰੇ ਨਾਲ ਪਹਿਲਾ ਥੀਓ ਕਿੰਨਾ ਜਾ ਰਿਹਾ ਹੈ ਬਟ ਆਮ ਰੈਡੀ ਓਕੇ ਨਿਕੀਤ ਸੋ ਤੁਹਾਡੇ ਅਕੋਰਡਿੰਗ ਉਹ ਕਿਹੜੇ ਮਿਸਕਨਸੈਪਸ਼ਨਸ ਨੇ ਜੋ ਮੁੰਡੇ ਕੁੜੀਆਂ ਬਾਰੇ ਰੱਖਦੇ ਨੇ ਤੇ ਕਿਉਂ ਸਭ ਤੋਂ ਵੱਡਾ ਮਿਸਕਨਸੈਪਸ਼ਨ ਆਈ ਫੀਲ ਉਹਨਾਂ ਨੂੰ ਲੱਗਦਾ ਕੁੜੀਆਂ ਦੀ ਆਪਸ ਚ ਨਿਭ ਨਹੀਂ ਸਕਦੀ ਆ ਸਪੈਸ਼ਲੀ ਕਿਉਂਕਿ ਮੈਂ ਹੁਣ ਤੱਕ ਜਿੰਨੇ ਪ੍ਰੋਜੈਕਟਸ ਕੀਤੇ ਆਈ ਹਮ ਆਲਵੇਜ਼ ਹੈਡ ਸਮਵਨ ਵਿਦ ਮੀ ਲਾਈਕ ਸਿਕੰਦਰ ਟੂਚ ਆਪਾਂ ਦੋਵੇਂ ਵੈਨਿਟੀ ਸ਼ੇਅਰ ਕਰਦੇ ਸੀ ਹਨਾ ਯਾਰਨ ਮੁੱਲੇ ਚ ਅਸੀਂ ਤਿੰਨ ਹੀਰੋਇਨ ਸੀਗੀਆਂ ਜੱਟ ਬ੍ਰਦਰਸ ਚ ਅਸੀਂ ਦੋ ਸੀ ਤੇ ਹੁਣ ਸ਼ਾਹੀ ਮਾਜਰਲ ਚ ਦਾ ਵੀ ਹੈਵ ਅ ਗਰਲ ਗੈਂਗ ਯੈਸ ਤੇ ਸਾਰੇ ਹੈਰਾਨ ਹੁੰਦੇ ਅੱਛਾ ਇੰਨੀਆਂ ਕੁੜੀਆਂ ਤੁਸੀਂ ਇਕੱਠੇ ਹੋਏ ਕਿਵੇਂ ਤੂੰ ਤੁਹਾਡੀ ਨਹੀਂ ਬੁਝਾਂਦੀ ਸੀ ਤੁਹਾਡੀ ਲੜਾਈ ਤਾਂ ਨਹੀਂ ਹੋਈ ਕਦੇ आई थिंक दिस इज असकनसैप्शन क्योंकि जिन्ना मैं पता है बहुत प्यार मोहब्बत नाल शूट कीता है बहुत सपोर्टिंग तरीके शूट कीता right. मेकअप ठीक नहीं लग रहा है नावाइस कर रहे कर लाए कर ला आह आउटफिट अच्छा लग रहा है सो मैं तो यह लगता है कि कुड़ी एक दूजे बहुत ज्यादा ओके वेरी नाइस अच्छा दूसरा सवाल आ निकीत ਕਿ ਇੱਕ ਰਿਸਰਚ ਕੀਤੀ ਆ ਕਿ ਮੈਂ ਜਿਹੜੇ ਮੁੰਡੇ ਹੁੰਦੇ ਨੇ ਜਾਂ ਬੰਦੇ ਹੁੰਦੇ ਨੇ ਉਹ ਆਪਣੀ ਗੱਡੀ ਨੂੰ ਲੈ ਕੇ ਬਹੁਤ ਪਿਆਰ ਕਰਦੇ ਨੇ ਸੋ ਤੁਸੀਂ ਸੀਨ ਦੀ ਆਈ ਥਿੰਕ ਡਿਮਾਂਡ ਸੀਗੀ ਕਿ ਤੁਸੀਂ ਗੱਡੀ ਨੂੰ ਭੰਡਣਾ ਸੀਗਾ ਉਹਨੂੰ ਤੋੜਨਾ ਸੀਗਾ ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਕਿ ਉਹ ਜਿਹੜੇ ਓਨਰ ਸੀਗੇ ਉਹਨਾਂ ਦੇ ਜਾਂ ਫਿਰ ਜਿਨ੍ਹਾਂ ਦੀ ਤੁਸੀਂ ਗੱਡੀ ਭੰਨੀ ਆ ਉਹਨਾਂ ਦੇ ਤੁਹਾਨੂੰ ਖਿਆਲ ਨਹੀਂ ਆਇਆ ਕਿ ਉਹਨਾਂ ਦੀ ਗੱਡੀ ਦਾ ਨੁਕਸਾਨ ਕਰ ਰਹੇ ਹੋ ਤੁਸੀਂ ਜਦ ਅਸੀਂ ਸ਼ੂਟ ਕਰ ਰਹੇ ਸੀ ਐਕਚੁਅਲੀ ਅਸੀਂ ਦੋ ਕਾਰਸ ਯੂਜ਼ ਕੀਤੀਆਂ ਨੇ ਇੱਕ ਜਿਹੜਾ ਆਪਾਂ ਦਿਖਾ ਰਹੇ ਆਂ ਤੇ ਦੂਜੀ ਇੱਕ ਰਫ ਕਾਰ ਜੀ ਸੀਗੀ ਰਫ ਐਂਡ ਟਫ ਜਿਹੜਾ ਜਿਹਦਾ ਅਸੀਂ ਡੈਮੇਜ ਕਰਦੇ ਵੀ ਆਂ ਸੋ ਵੀ ਕੈਨ ਪੇ ਬੈਕ ਹਨਾ ਪਰ ਜਿਹੜੀ ਐਕਚੁਅਲ ਕਾਰ ਸੀਗੀ ਮਤਲਬ ਜਿਹੜੇ ਤੁਸੀਂ ਕਹਿ ਲੋ ਦੂਰੋਂ ਸ਼ਾਟਸ ਲੈਣੇ ਸੀਗੇ ਖੜੀ ਤਾਂ ਮੈਂ ਉੱਤੇ ਹੀ ਹੁੰਦੀ ਸੀਗੀ ਹਨਾ ਮੈਂ ਐਕਸ਼ਨ ਵੀ ਪੂਰਾ ਕਰਦੀ ਸੀ ਤੇ ਜਦੋਂ ਮੈਂ ਉਹ ਕਰਦੀ ਸੀ ਨਾ ਵਿਚਾਰਿਆਂ ਦਾ ਦਿਲ ਡਕ 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 ਹੁੰਦਾ ਸੀਗਾ ਤਾਂ ਹੀ ਸਾਰ ਮੈਨੂੰ बार-बार ਆ ਕੇ ਕਹਿੰਦੇ ਸੀ ਬੱਸ ਨਾ ਤੁਸੀਂ ਐਕਸ਼ਨ ਕਰੋ ਤੁਸੀਂ ਮਾਰਨਾ ਨਹੀਂ ਆ ਮੈਂ ਕਿ ਹਾਂਜੀ ਮੈਂ ਨਹੀਂ ਮਾਰੂੰਗੀ ਹਨਾ ਫਿਰ ਆਈ ਵਿਲ ਸਟਾਪ ਫਿਰ ਜਦੋਂ ਮੈਂ ਐਕਸ਼ਨ ਕਰਦੀ ਸੀ ਉਹਨਾਂ ਦਾ ਦਿਲ ਬਾਹਰ ਆ ਜਾਂਦਾ ਸੀ ਕਿ ਹਾਏ ਹੋਣ ਗਈ ਮੇਰੀ ਗੱਡੀ ਹੋਣ ਗਈ ਮੈਨੂੰ ਇਹ ਲੱਗਦਾ ਕਿ ਸਿਰਫ ਮੁੰਡੇ ਨਹੀਂ ਅਗਰ ਕਿਸੇ ਕੁੜੀ ਦੀ ਵੀ ਗੱਡੀ ਹੋਵੇ ਤਾਂ ਉਹਨੂੰ ਵੀ ਇਹੀ ਫੀਲ ਹੋਊਗਾ ਸੀਰੀਅਸਲੀ ਮੇਬੀ ਅ नेक्स्ट ਕੁਐਸਚਨ ਅਗਰ ਤੁਹਾਨੂੰ ਕੋਈ ਮੁੰਡਾ ਡੇਟ ਤੇ ਲੈ ਕੇ ਜਾਣਾ ਚਾਹੁੰਦਾ ਹੋਵੇ ਹੂੰ ਤੇ ਉਹ ਤਿੰਨ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਖਾਸ ਚੀਜ਼ਾਂ ਦਾ ਉਹਨੂੰ ਖਿਆਲ ਰੱਖਣਾ ਪਊਗਾ ਤੁਹਾਨੂੰ ਡੇਟ ਤੇ ਲੈ ਕੇ ਜਾਣ ਲਈ ਅ ਇੱਕ ਤਾਂ ਬੋਰਿੰਗ ਨਾ ਹੋਵੇ ਇਟ ਸ਼ੁਡ ਬੀ ਹਿਊਮਰਿਸ ਯਾ ਤੇ ਫਨ ਹੋਵੇ ਬਹੁਤ ਜ਼ਿਆਦਾ ଫਾਰਮਲ ਨਾ ਹੋਵੇ ਨਹੀਂ ਨਹੀਂ ਇਹ ਤੁਸੀਂ ਲਾਈਨ ਵਾਈਜ਼ ਦੱਸਣਾ ਕਿ ਤਿੰਨ ਚੀਜ਼ਾਂ ਦੱਸਣੀਆਂ ਕਿ ਜਿਹੜੀ ਚੀਜ਼ ਫਾਰਮਲ ਨਾ ਹੋਵੇ ਓਕੇ ਠੀਕ ਹੈ ਜੇ ਜਿੱਥੇ ਵੀ ਲੈ ਕੇ ਜਾਂਦਾ ਹੈ ਜੇ ਕਿਸੇ ਗਾਰਡਨ ਚ ਵੀ ਪਿਕਨਿਕ ਸੈਟਅਪ ਕਰਕੇ ਸੀ ਡੇਟ ਕਰ ਰਿਹਾ ਮੁੰਡਾ ਬੋਰਿੰਗ ਨਾ ਹੋਵੇ ਫਾਰਮਲ ਨਾ ਹੋਵੇ ਸ਼ੁੱਡ ਬੀ ਫਨ ਸੈਕਿੰਡ ਦੂਜਾ 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 ਸ਼ੁੱਡ ਬੀ ਫੂਡ ਅੱਛਾ ਹੋਣਾ ਚਾਹੀਦਾ ਕਜ਼ ਆਈ ਏ ਫੂਡੀ ਉਹਨੂੰ ਫੂਡ ਦਾ ਕਿਆ ਕਰਨਾ ਹੈ ਖਾਣਾ ਅੱਛਾ ਹੋਊਗਾ ਤਾਂ ਮੈਂ ਦਿਲ ਦੇ ਦੂੰਗੀ ਤੇ ਤੀਜੀ ਚੀਜ਼ ਹੀ ਸ਼ੁੱਡ স্মੈਲ ਨਾਈਸ ਕਿ ਸੋ ਦੇਖੋ ਖੁਸ਼ਬੂ ਆਣੀ ਚਾਹੀਦੀ ਹੈ ਬਹੁਤ ਚੰਗੀ ਸਾਈਟ ਹੈ ਬੀਅਰਟ ਜਿੰਨੇ ਮੁੰਡੇ ਦੇਖ ਰਿਹਾ ਔਰ ਨਕੀਤ ਨੂੰ ਬਹੁਤ ਪਿਆਰ ਕਰਦੇ ਨੇ ਉਹ ਇਹ ਤਿੰਨ ਚੀਜ਼ਾਂ ਦਾ ਖਿਆਲ ਰੱਖੋ ਸੋ ਫਿਰ ਹੀ ਨਕੀਤ ਤੁਹਾਡੇ ਨਾਲ ਡੇਟ ਤੇ ਜਾਏ ਮੇਰੇ ਅੱਗੇ ਫੇਕ ਨਹੀਂ ਹੋਣਾ ਮੇਰੇ ਲਈ ਖਾਣਾ ਅੱਛਾ ਲੈ ਕੇ ਆਣਾ ਤੇ ਖੁਸ਼ਬੂਦਾਰ ਬਣ ਕੇ ਆਇਓ ਨਕੀਤ ਜੇਕ ਲਾ ਪਾਸ ਕੀਤਾ ਜਾਵੇ ਰਾਤ ਗਈ ਬਾਦਗੀ ਤੇ ਤੁਸੀਂ ਇਸ ਕਾਨੂੰਨ ਦਾ ਫਾਇਦਾ ਜਿਹੜਾ ਹੈ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਚ ਲੈਣਾ ਚਾਹੋਗੇ वेई लेट मी थिंक और रात गई बात गई मतलब मैं मैं और रात नु रात नु चोरी हां ਅ ਕਾਰਨਾ ਚਾਉਂਗੀ ਨਿਕ ਬੇਕਰਸ ਤੇ ਉਹਨਾਂ ਦਾ ਸਾਰਾ ਖਾਣ ਵਾਲਾ ਸਮਾਨ ਲੈ ਆਉਂਗੀ ਐਂਡ ਸਵੇਰੇ ਮੇਰੇ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਮਤਲਬ ਦੇਖੋ ਕਿ ਅਗਰ ਮਤਲਬ ਨਕੀਤ ਵੱਲੋਂ ਜੇ ਅਗਰ ਕੋਈ ਚੋਰੀ ਜਾਂ ਕੋਈ ਇਦਾਂ ਦੀ ਵੀ ਚੀਜ਼ ਹੋ ਵੀ ਕਿੰਨੀ ਕਿਊਟ ਜੀ ਹੈ ਕਿ ਨਿਕ ਬੇਕਰ ਜਾਉਂਗੀ ਉੱਥੇ ਮੈਂ ਸਭ ਕੁਝ ਖਾ ਕੇ ਆ ਜਾਉਂਗੀ ਨਾਈਸ ਐਕਚੁਅਲੀ ਆ ਜਿਹੜਾ ਨੈਕਸਟ ਕੁਐਸਚਨ ਆ ਨਾ ਮੈਂ ਖੁਦ ਬੜੀ ਐਕਸਾਈਟਿਡ ਆ ਕਿ ਤੁਸੀਂ ਇਹਦਾ ਕੀ ਆਨਸਰ ਦਿੰਦੇ ਹੋ ਕਿ ਜਿਵੇਂ ਆਪਾਂ ਕੁੜੀਆਂ ਅਕਸਰ ਆਪਾਂ ਕੁੜੀਆਂ ਦੇ ਮੂੰਹ ਸੁਣਦੇ ਆ ਕਿ ਮੁੰਡੇ ਬੜੇ ਫੁਕਰੇ ਹੁੰਦੇ ਆ ਹਨਾ ਤੇ ਹਾਂ ਤੇ ਮੁੰਡਿਆਂ ਦੇ ਮੂੰਹੋਂ ਵੀ ਅਸੀਂ ਸੁਣਦੇ ਆ ਯਾਰ ਇਹ ਕੁੜੀਆਂ ਬਹੁਤ ਫੁਕਰੀਆਂ ਹੁੰਦੀਆਂ ਸੋ ਤੁਹਾਨੂੰ ਮੋਸਟਲੀ ਮਤਲਬ ਤੁਹਾਨੂੰ ਕੀ ਲੱਗਦਾ ਕਿ ਕੁੜੀਆਂ ਮੁੰਡੇ ਅੱਜਕੱਲ ਕਿਹੜੀ ਗੱਲ ਦੀ ਬਹੁਤ ਜ਼ਿਆਦਾ ਫੁਕਰੀ ਮਾਰਦੇ ਆ ਜਾਂ ਫਿਰ ਬਹੁਤ ਹਵਾ ਕਰਦੇ ਆ ਕੁੜੀਆਂ ਮੁੰਡੇ ਦੋਨੋਂ ਸਪੈਸ਼ਲੀ ਇਨ ਥਿਸ ਪਾਰਟ ਆਫ ਦ ਰੀਜਨ ਆਈ ਫੀਲ ਬ੍ਰਾਂਡਸ ਹਮ ਮੈਂ ਬਹੁਤ ਦੇਖਿਆ ਕਿ ਪਵੇਂ ਫੇਕ ਬ੍ਰਾਂਡ ਸਾਨੂੰ ਲੈ ਕੇ ਪਾਣਾ ਪੈ ਜਾ ਬਟ ਅਸੀਂ ਲਵਾਂਗੇ ਉਹੀ ਚੀਜ਼ ਤੇ ਮਤਲਬ ਉਹ ਦਿਖਾਵਾ ਜਿਹੜਾ ਆ ਗਿਆ ਨਾ ਬ੍ਰਾਂਡਸ ਵਾਲਾ ਆਮ ਨਾਟ ਰੀਲੀ ਫੌਂਡ ਆਫ ਇਟ ਬਟ ਆ ਫੀਲ ਆ ਚੀਜ਼ ਹੈਗੀ ਹੈ ਕੁੜੀਆਂ ਚ ਵੀ ਤੇ ਮੁੰਡਿਆਂ ਚ ਵੀ ਦੋਨਾਂ ਚ ਮਤਲਬ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਅਗਰ ਅਫੋਰਡ ਨਹੀਂ ਕਰ ਸਕਦੇ ਆਪਾਂ ਬਹੁਤ ਜ਼ਿਆਦਾ ਵੱਡਾ ਬ੍ਰਾਂਡ ਤੇ ਅਸੀਂ ਉਹਨੂੰ ਉਹਦਾ ਕਾਪੀ ਲੈ ਕੇ ਸੀ ਫਸ ਕਾਪੀ ਵੀ ਹੁੰਦੀ ਹੈ ਨਾ ਇਹ ਸ਼ੋਅ ਕਰੀਏ ਕਿ ਹਾਂ ਐਟ ਦ ਐਂਡ ਆਫ ਦ ਡੇ ਸਭ ਦੀ ਮਰਜ਼ੀ ਹੈ ਜਿਹਨੂੰ ਜੋ ਚਾਹੀਦਾ ਹੈ ਹਨਾ ਜਿਹਨੂੰ ਜੋ ਪਸੰਦ ਹੈ ਫਰਸਟ ਕਾਪੀ ਹੋਵੇ ਆ ਬ੍ਰਾਂਡਡ ਹੋਵੇ ਡਸਨਟ ਰੀਲੀ ਮੈਟਰ ਬਟ ਦ ਥਿੰਗ ਇਜ਼ ਆਪਾਂ ਇੰਨੇ ਜ਼ਿਆਦਾ ਇਨਫਲੂਐਂਸ ਹੋ ਚੁੱਕੇ ਆ ਬ੍ਰਾਂਡਸ ਤੋਂ ਕਿ ਅਸੀਂ ਉਸ ਤੋਂ ਉੱਤੇ ਕੋਈ ਚੀਜ਼ ਦੇਖਦੇ ਹੀ ਨਹੀਂ ਜੇ ਆਪਾਂ ਕਿਸੇ ਨੂੰ ਇੰਪ੍ਰੈਸ ਕਰਨਾ ਆ ਤਾਂ ਮੇਬੀ ਇੱਕ ਵੱਡੀ ਜੀ ਟੀ-ਸ਼ਰਟ ਤੇ ਜਦ ਵੱਡਾ ਵੱਡਾ ਬ੍ਰਾਂਡ ਲਿਖਿਆ ਹੋਗਾ ਤੋਂ ਨਾਲ ਲੋਕ ਬਹੁਤ ਜ਼ਿਆਦਾ ਇੰਪ੍ਰੈਸਿਵ ਹੋਗਾ ਮੈਂ ਪਰਸਨਲੀ ਮੈਂ ਬਹੁਤ ਲੋਕਲ ਸ਼ੋਪਿੰਗ ਕਰਦੀ ਆਂ ਤੇ ਮੈਂ ਉਹ ਯੂਜ਼ ਕਰਦੀ ਆਂ ਮੈਨੂੰ ਐ ਹੁੰਦਾ ਮੈਨੂੰ ਬ੍ਰਾਂਡਸ ਵੀ ਪਸੰਦ ਆ ਬਟ ਆਈ ਵਿਲ ਗੈਟ them when i'm you know at that level ਜਿੱਥੇ ਮੈਂ ਕਮਾ ਵੀ ਰਹੀ ਆ ਮੈਂ ਲੈ ਵੀ ਰਹੀ ਆ ਜੇ ਨਹੀਂ ਇਸ ਟਾਈਮ ਤੇ ਮੈਂ ਕਰ ਸਕਦੀ ਕੋਈ ਚੀਜ਼ ਅਫੋਰਡ ਆਈ ਊਡ ਰੈਦਰ ਗੋ ਫੋਰ ਲੋਕਲ ਬ੍ਰਾਂਡਸ ਦੈਨ ਸ਼ੋਅ ਆਫ ਓਕੇ ਨਿਕਿਟ ਮੇਰੇ ਇੱਕ ਹੋਰ ਕੁਐਸਚਨ ਆ ਤੁਹਾਨੂੰ ਆ ਜਿਵੇਂ ਇੱਕ ਆ ਬੀਇੰਗ ਐਕਟਰੈਸ ਤੁਹਾਨੂੰ ਇਦਾਂ ਲੱਗਦਾ ਕਿ ਯਾਰ ਇਹ ਆ ਮੇਰੀ ਲਾਈਫ ਦਾ ਜੇ ਕੋਈ ਪ੍ਰੋਜੈਕਟ ਆਪਾਂ ਕਰਦੇ ਆਂ ਤੇ ਆਪਾਂ ਮਨ 'ਚ ਸੋਚਦੇ ਆਂ ਕਿ ਯਸ ਇਹ ਪ੍ਰੋਜੈਕਟ ਜਿਹੜਾ ਇਹ ਟਰਨਿੰਗ ਪੁਆਇੰਟ ਹੋ ਸਕਦਾ ਸੋ ਸ਼ਾਹੀ ਮਾਜਰਾ ਤੋਂ ਉਮੀਦ ਹੈ ਤਾਂ ਪਿਛਲੇ 1 ਸਾਲ ਤੋਂ ਤਾਂ ਬਹੁਤ ਹਾਈ ਹੋਪਸ ਹੈ ਸ਼ਾਹੀ ਮਾਜਰਾ ਤੋਂ ਇਨਫੈਕਟ ਮੈਂ ਕੋਈ ਹੋਰ ਪ੍ਰੋਜੈਕਟ ਨਹੀਂ ਕਰ ਰਹੀ ਆ ਜਸਟ ਬਿਕੋਜ਼ ਮੇਰਾ ਪੂਰਾ ਫੋਕਸ ਸ਼ਾਹੀ ਮਾਜਰਾ ਤੇ ਸੀਗਾ ਤੇ ਬਹੁਤ ਐਕਸਪੈਕਟੇਸ਼ਨਸ ਨੇ ਆਈ ਹੋਪ ਉਹ ਐਕਸਪੈਕਟੇਸ਼ਨਸ ਤੇ ਆਡੀਅנס ਮੈਨੂੰ ਪਿਆਰ ਦੇਵੇ ਤੇ ਖੜੀ ਉਤਰਾ ओके निकिता आई थिंक ਤੁਸੀਂ ਵੀ ਨਿੰਜਾ ਸਰ ਨਾਲ ਫਸਟ ਟਾਈਮ ਕੰਮ ਕੀਤਾ ਹੈ ਨਾ ਸੀਰੀਜ਼ ਦੇ ਵਿੱਚ इवन ਮੈਂ ਵੀ ਫਸਟ ਟਾਈਮ ਉਹਨਾਂ ਨਾਲ ਕੰਮ ਕੀਤਾ ਸੋ ਉਹਨਾਂ ਨਾਲ ਕੋਈ ਮੈਮਰੀ ਕੋਈ ਵੀ ਅਗਰ ਤੁਸੀਂ ਕੁਝ ਸ਼ੇਅਰ ਕਰਨਾ ਚਾਹੋ ਕਿ ਉਹਨਾਂ ਨਾਲ ਕੰਮ ਕਰਕੇ ਜਾਂ ਸੀਨ ਕਰਦੇ ਹੋਏ ਜਾਂ ਕਿਵੇਂ ਦਾ ਰੈ ਐਕਸਪੀਰੀਅੰਸ ਜਾਂ ਕੁਝ ਵੀ ਐਨੀਥਿੰਗ ਵਿਦ ਨਿੰਜਾ ਸਰ ਅਨਫੋਰਚਨਟਲੀ ਮੈਂ ਨਿੰਜਾ ਸਰ ਨਾਲ ਬਹੁਤ ਜ਼ਿਆਦਾ ਔਨ ਸਕ੍ਰੀਨ ਕੰਮ ਨਹੀਂ ਕੀਤਾ ਤਾਂ ਅਸੀਂ ਇਕੱਠੇ ਔਨ ਸੈੱਟ ਤਾਂ ਜ਼ਿਆਦਾ ਨਹੀਂ ਰਹੇ ਬਟ देयर वाज ਅ ਡੇ ਜਿੱਥੇ ਵੈਨੀਟੀ ਸੀ ਉੱਥੇ ਤੁਸੀਂ ਵੀ ਸੀਗੇ ਅਸੀਂ ਦੋਵੇਂ ਇੱਕ ਪਾਸੇ ਹਨਾਤੋ ਇੱਕ ਪਾਸੇ ਨੀਮਾ ਸੀ ਇੱਕ ਪਾਸੇ ਸਾਵਨ ਤੇ ਮੈ ਸੀ ਤੇ ਅਸੀਂ ਨਾ ਇੱਕ ਟਿਸ਼ੂ ਤੇ ਆਪਣੇ ਗਾਣੇ ਦੀ ਉਹਨਾਂ ਸਵੇਰੇ ਸਵੇਰੇ ਰਿਆਜ਼ ਕਰਦੇ ਸੀ ਹਨਾ ਵੈਨੀਟੀ ਜਿਵੇਂ अर्ਲੀ ਮਾਰਨਿੰਗ ਕਾਲ ਟਾਈਮ ਹੁੰਦਾ ਸੀ ਤਾਂ ਸਵੇਰੇ ਰਿਆਜ਼ ਕਰਦੇ ਸੀਗੇ ਬਿਲਕੁਲ ਬਿਲਕੁਲ ਯਾਨੀ ਕਿ ਆਈ ਥਿੰਕ ਮੇਬੀ ਉਹਨਾਂ ਨੂੰ ਮਿਲੇ ਵੀ ਨਹੀਂ ਸੀਗੇ ਹਲੇ ਆ ਅਸੀਂ ਆਪਸ ਵਿੱਚ ਮਿਲੇ ਵੀ ਨਹੀਂ ਸੀਗੇ ਮੇਰਾ ਇੱਕ ਸ਼ਾਰਟ ਹੋ ਗਿਆ ਸੀ ਆਈ ਥਿੰਕ ਥੋੜਾ ਉਹ ਦੋ ਮੈਂ ਨਹੀਂ ਮਿਲੀ ਜੀ ਉਹਨਾਂ ਨੂੰ ਹਾਂਜੀ ਤੇ ਉਹ ਆਪਣਾ ਰਿਆਜ਼ ਕਰ ਰੇ ਸੀ ਸਵੇਰੇ ਸਵੇਰ ਆਪਣੀ ਵੈਨਿਟੀ ਚ ਤੇ ਇੱਧਰ ਰਸੀ ਦੋਵੇਂ ਟਿਸ਼ੂ ਪੇਪਰ ਤੇ ਨਾ ਆਪਣੀ ਫਰਮਾਇਸ਼ਾ ਲਿਖ ਕੇ ਫੇਵਰਿਟ Song ਫੇਵਰਿਟ Song sing this for me ਕਰਕੇ ਦਰਵਾਜੇ ਵਿੱਚ ਅਸੀਂ ਅੰਦਰ ਪਾਸ ਕਰ ਰਹੇ ਸੀ ਅਸੀਂ ਕੁਝ ਨਹੀਂ ਬੋਲੇ ਹਨਾ ਤੇ ਐਸੇ ਉਹ ਲਿਖ ਕੇ ਉਹ ਪਰਚੀ ਤੇ ਲੈ ਕੇ ਐਂਡ ਵੈਨਿਟੀ ਦੇ ਉੱਪਰ ਦੀ ਵਸ ਇਦਾਂ ਕਰਕੇ ਸੁੱਟ ਦਿੱਤਾ ਲੈਟਸ ਸੀ ਤਾਂ ਦੇ ਇੱਕ ਥੱਲੇ ਦੀ ਕਿ ਲੈਟਸ ਸੀ ਕਿ ਉਹ ਥੋੜੇ ਟਾਈਮ ਬਾਅਦ ਉਹਨੇ ਉਹ ਗਾਣਾ ਗਾਇਆ ਬਿਨਾ ਕੁਝ ਬੋਲੇ ਕੁਝ ਨਹੀਂ ਬੋਲੇ ਕਿ ਕੁਝ ਪਰਚੀ ਆਈ ਹੈ ਜਾਂ ਕਿਵੇਂ ਕੁਝ ਨਹੀਂ ਬਸ ਉਹਨੇ ਗਾਣਾ ਸ਼ੁਰੂ ਕਰਤਾ ਸਾਨੂੰ ਇਨਾ ਮਜ਼ਾ ਆਇਆ ਸੀ ਬਾਅਦ ਚ ਬਹੁਤ ਹੱਸੇ ਹਨਾ ਹਾਂ ਮੈਮਰੀ ਬਹੁਤ ਅੱਛੀ ਸੀ ਉਹ ਫਨ ਸੀ ਸੋ ਮੇਰੇ ਵੱਲੋਂ ਤੁਹਾਨੂੰ ਸਾਰੇ ਕੁਐਸਚਨਸ ਪੁੱਛਲੇ ਗਏ ਨੇ ਤੇ ਤੁਸੀਂ ਬੜੇ ਵਧੀਆ ਆਨਸਰਸ ਦਿੰਦੇ ਨੇ ਤੇ ਬੜੀ ਚੀਜ਼ਾਂ ਮੈਨੂੰ ਨਵੀਆਂ ਪਤਾ ਲੱਗੀਆਂ ਥੈਂਕ ਯੂ ਫॉर ਬੀਇੰਗ ਅ ਅਮੇজিং ਹੋਸਟ ਕੋਸ਼ਿਸ਼ ਤਾਂ ਇਹ ਸੀ ਬਟ ਤੁਸੀਂ ਬੜੇ ਵਧੀਆ ਕੁਐਸ਼ਨਸ ਦੇ ਆਨਸਰ ਦਿੱਤੇ ਆ ਥੈਂਕ ਯੂ ਸਾਬ ਹੁਣ ਸਵਾਲ ਪੁੱਛਣ ਦੀ ਵਾਰੀ ਤੁਹਾਡੀ ਓਕੇ ਮੈਂ ਹਾਂ ਠੀਕ ਐ ਸੁਰਲੀ ਜੀ ਓਕੇ ਸੋ ਮੈਂ ਮੈਂ ਥਰੂਆਊਟ ਆਨ ਸੈੱਟ ਤੁਹਾਨੂੰ ਦੇਖਿਆ ਹੈ ਹਨਾ ਤੁਸੀਂ ਤੁਸੀਂ ਆਪਣੀ ਯੂਨੀਫਾਰਮ ਦੀ ਬਹੁਤ ਰਿਸਪੈਕਟ ਕਰਦੇ ਸੀ ਕਾਜ਼ ਯੂ ਆਲਵੇਸ ਫੈਲਟ ਦੈਟ ਰਿਸਪੌਂਸਿਬਿਲਟੀ ਜੋ ਤੁਹਾਡੇ ਤੇ ਹੈ ਹਨਾ ਤੇ ਮੈਂ ਜਾਨਣਾ ਚਾਹੁੰਨੀ ਆ ਬੀਇੰਗ ਐਸਐਚਓ ਗੁਰਨਾਜ਼ ਪੁੱਲਰ ਕੋਈ ਇੱਕ ਚੀਜ਼ ਜੋ ਤੁਸੀਂ ਉਸ ਕੈਰੈਕਟਰ ਚੋਂ ਸਿੱਖੀ ਤੇ ਤੁਸੀਂ ਆਪਣੇ ਨਾਲ ਹਮੇਸ਼ਾ ਰੱਖਣਾ ਚਾਹੁੰਦੇ ਹੋ ਕੈਰੀ ਫਾਰਵਰਡ ਕਰਨਾ ਚਾਹੁੰਦੇ ਹੋ ਇਨ ਲਾਈਫ ਮੈਨੂੰ ਇਹ ਲੱਗਦਾ ਆ ਕਿ ਜੋ ਐਸਐਚਓ ਦਾ ਕੈਰੈਕਟਰ ਮੈਂ ਕੀਤਾ ਗੁਰਨਾਜ਼ ਪੁੱਲਰ ਦਾ ਮੈਂ ਲਾਈਫਟਾਈਮ ਜੋ ਲਿਓ ਉਹਨਾਂ ਦੇ ਕੈਰੈਕਟਰ ਤੋਂ ਸਿੱਖਿਆ ਉਹ ਮੈਨੂੰ ਇਹ ਲੱਗਦਾ ਕਿ ਗੱਟਸ ਅਗਰ ਤੁਸੀਂ ਸੱਚ ਸੱਚੇ ਹੋ ਤੇ ਤੁਸੀਂ ਗੱਟਸ ਰੱਖੋ ਤੇ ਮੈਨੂੰ ਇਹ ਲੱਗਦਾ ਹੈ ਕਿ ਤੁਹਾਨੂੰ ਉਸ ਚੀਜ਼ ਤੋਂ ਡਰਨਾ ਨਹੀਂ ਚਾਹੀਦਾ ਤੁਹਾਨੂੰ ਆ ਮਤਲਬ ਉਸ ਚੀਜ਼ ਤੋਂ ਬਿਲਕੁਲ ਵੀ ਡਰਨਾ ਨਹੀਂ ਚਾਹੀਦਾ ਮੈਨੂੰ ਇਹ ਲੱਗਦਾ ਹੈ ਕਿ ਉਹ ਗਰਟਸ ਜਿਹੜੇ ਆ ਉਹ ਮੈਨੂੰ ਐਸ ਐਚਓ ਗੁਰਨਾਸਪੂਲਰ ਤੋਂ ਮਿਲੇ ਆ ਠੀਕ ਹੈ ਸੱਚਾਈ ਦਾ ਸਾਹਦੋ ਔਰ ਗਰਟਸ ਨਾਲ ਤੁਸੀਂ ਸਭ ਦੇ ਸਾਹਮਣੇ ਆਓ ਦੈਟਸ ਨਾਈਸ ਆ ਅਸੀਂ ਐਜ਼ ਕੁੜੀਆਂ ਵੈਸੇ ਨਾਰਮਲੀ ਐਕਸੈਪਟ ਨਹੀਂ ਕਰਦੇ ਬਟ ਵੈਸੇ ਬੀਇੰਗ ਅ ਗਰਲ ਤੁਸੀਂ ਕੋਈ ਇੱਕ ਚੀਜ਼ ਦੱਸੋ ਜੋ ਤੁਸੀਂ ਨਾਰਮਲੀ ਇਨ ਜਨਰਲ ਕੁੜੀਆਂ ਦੀ ਅ ਕੋਈ ਐਹੋਜੀ ਚੀਜ਼ ਜਿਹਨੂੰ ਤੁਸੀਂ ਜਮਾ ਵੀ ਪਸੰਦ ਨਹੀਂ ਕਰਦੇ ਕੁੜੀਆਂ ਦੀ ਜਿਹਨੂੰ ਮੈਂ ਜਨਰਲ ਕੁੜੀਆਂ ਲਾਈਕ ਇਨ ਓਵਰਆਲ ਮੈਂ ਨਹੀਂ ਪਸੰਦ ਕਰਦੀ ਓਕੇ ਅ ਕੁੜੀਆਂ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਕਈ ਕੁੜੀਆਂ ਨਾ ਪਤਾ ਨਹੀਂ ਕਿਉਂ ਮੈਨੂੰ ਜੋ ਮਤਲਬ ਮੈਨੂੰ ਲੱਗਦਾ ਆਪਣੀ ਏਜ ਬਹੁਤ ਜ਼ਿਆਦਾ ਲੁਕ ਆਉਂਦੀਆਂ ਨੇ ਮਤਲਬ ਉਹਨਾਂ ਨੂੰ ਇਹ ਲੱਗਦਾ ਕਿ ਮੈਂ ਆਪਣੀ ਏਜ ਅਗਰ ਦੱਸਦਾ ਨਾ ਲਾਈਕ ਮੈਂ ਹੁਣ 27 ਦੀ ਹੋ ਗਈਆਂ ਬਲੇਟਡ ਹੈਪੀ ਬਰਥਡੇ ਥੈਂਕ ਯੂ ਸੋ ਮਾਚ ਸੋ ਮੈਨੂੰ ਇਹ ਲੱਗਦਾ ਕਿ ਉਹ ਮੈਟਰ ਨਹੀਂ ਕਰਦਾ ਕਿ ਤੁਹਾਡੀ ਏਜ ਕਿੰਨੀ ਹੈ ਉਹਨਾਂ ਨੂੰ ਇਹ ਲੱਗਦਾ ਕਿ ਆਪਾਂ ਏਜ ਦੱਸ ਦਾਂਗੇ ਕਿ ਆਪਾਂ ਪਤਾ ਨਹੀਂ ਕਿੰਨੇ ਕੁ ਮਚੋਰ ਲੱਗਣ ਲੱਜਾਂਗੇ ਤੂੰ ਮੈਨੂੰ ਇਹ ਲੱਗਦਾ ਕਿ ਕਈ ਲੋਕ ਕਹਿੰਦੇ ਕਿ ਕੁੜੀਆਂ ਤੋਂ ਉਹਨਾਂ ਦੀ ਉਮਰ ਵੀ ਨਹੀਂ ਪੁੱਛਣੀ ਚਾਹੀਦੀ। ਇਟਸ ਨੋਰਮਲ ਜਸਟ ਨੋਰਮਲ ਜਿੱਦਾਂ ਮੁੰਡਿਆਂ ਦੀ ਏਜ ਹੁੰਦੀ ਹੈ ਉਦਾਂ ਹੀ ਕੁੜੀਆਂ ਦੀ ਹੁੰਦੀ ਆ। ਸੋ ਮੈਨੂੰ ਉਹ ਲੱਗਦਾ ਹੈ ਕਿ ਉਹ ਚੀਜ਼ ਮੈਨੂੰ ਅੱਛੇ ਨਹੀਂ ਲੱਗਦੀ ਕਿ ਆਪਣੀ ਏਜ ਨੂੰ ਐਦਾਂ ਲੁਕਾਉਣ ਵਾਲੀ ਕਿਹੜੀ ਗੱਲ ਹੈ। ਨਾਈਸ। ਅ ਜਿਵੇਂ ਲਾਈਕ ਵੀ ਨੋ ਇਚ ਅਦਰ ਫਰਮ ਫਰਮ ਕੋਇਟਾ ਵਾਈਲ ਤੇ ਤੁਹਾਡੇ ਇੰਟਰਵਿਊਸ ਵਿੱਚ ਵੀ ਜਦ ਮੈਂ ਤੁਹਾਡੇ ਬਾਰੇ ਜਦ ਤੁਸੀਂ ਆਨਸਰ ਕਰਦੇ ਆ ਗੈਟ ਟੂ نو ਮੋਰ ਅਬਾਊਟ ਯੂ ਤੇ ਐਵੇਂ ਤੁਸੀਂ ਦੱਸਿਆ ਸੀ ਕਿ ਤੁਸੀਂ ਬਚਪਨ ਤੋਂ ਹੀ ਵਾਂਟਡ ਟੂ ਗੈਟ ਇਨਟੂ ਐਕਟਿੰਗ ਰਾਈਟ ਬਟ ਅਬ ਸਾਰਿਆਂ ਦਾ ਇੱਕ ਸੁਪਨਾ ਹੁੰਦਾ ਹੈ ਤੇ ਸਾਰਿਆਂ ਦੀ ਲਾਈਫ 'ਚ ਬਹੁਤ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਅੰਡਰਐਸਟੀਮੇਟ ਕਰਦੇ ਆ ਜਾਂ ਡੀਮੋਟੀਵੇਟ ਡੀਮੋਟੀਵੇਟ ਕਰਦੇ ਆ ਪੂਰੇ ਡਾਊਨ ਕਰਦੇ ਆ ਤੇ ਜਦ ਤੁਸੀਂ ਸਟਰਗਲ ਕਰ ਰਹੇ ਸੀ ਇੱਥੋਂ ਤੱਕ ਪਹੁੰਚਣ ਲਈ ਇਹੋ ਜਿਹੇ ਲੋਕ ਸੀਗੇ ਤੁਹਾਡੀ ਲਾਈਫ ਚ ਜੋ ਡੀਮੋਟੀਵੇਟ ਕਰਦੇ ਸੀ ਤੇ ਕਈ ਕਦੇ ਤੁਹਾਡੇ ਨਾਲ ਉਹ ਐਕਸਪੀਰੀਅੰਸ ਹੋਇਆ ਕਿ ਕਿਸੇ ਨੇ ਤੁਹਾਨੂੰ ਤੁਹਾਡੇ ਪਿੱਠ ਪਿੱਛੇ ਔਰ ਤੁਹਾਡੇ ਮੂੰਹ ਤੇ ਤੁਹਾਨੂੰ ਡੀਮੋਟੀਵੇਟ ਕੀਤਾ ਹੋਵੇ ਆ ਬੋਲਿਆ ਹੋਵੇ ਕਿ ਤੂੰ ਨਹੀਂ ਕਰ ਸਕਦੀ ਬਟ ਬਾਅਦ ਚ ਯੂ ਡਿਡ ਇਟ ਐਂਡ ਯੂ ਸ਼ੋਡ them <laughs> yes of course actually ਕਈ ਵਾਰੀ ਤੁਹਾਨੂੰ ਪਤਾ ਵੀ ਲੱਗ ਜਾਂਦਾ ਆ ਆਲੇ ਦੁਆਲੇ ਤੋਂ ਕਿ ਕੀ ਗੱਲਾਂ ਹੁੰਦੀਆਂ ਆ ਕਿ ਨਹੀਂ ਹੁੰਦੀਆਂ ਸੋ ਆ ਸਟਰਗਲ ਜਿਹੜਾ ਹੁੰਦਾ ਨਾ ਉਹ ਤੁਹਾਡਾ ਮੈਨੂੰ ਇਹ ਲੱਗਦਾ ਕਿ 올 ਟਾਈਮ ਚੱਲਦਾ ਹੈ ਸਟਰਗਲ ਕਦੇ ਵੀ ਖਤਮ ਨਹੀਂ ਹੁੰਦਾ ਹਰ ਇੱਕ ਜਿਹੜੀ ਕੈਟਾਗਰੀ ਹੁੰਦੀ ਆ ਹਰ ਇੱਕ ਕੈਟਾਗਰੀ ਦੇ ਵਿੱਚ ਸਟਰਗਲ ساری ਉਮਰ ਚੱਲਦਾ ਜੇ ਤੁਸੀਂ ਆਪਣੇ ਆਪ ਨਾਲ ਸੈਟੀਸਫਾਈਡ ਹੋਗੇ ਤੇ ਇਦਾਂ ਮਤਲਬ ਕਿ ਬਸ ਫਿਰ ਤੁਸੀਂ ਅੱਗੇ ਕੀ ਕਰਨਾ ਤੁਸੀਂ ਅੱਗੇ ਕੀ ਕਰਨਾ ਸੋ ਮੈਨੂੰ ਇਹ ਲੱਗਦਾ ਕਿ ਬੜੇ ਜਾਣਿਆਂ ਨੂੰ ਇਹ ਲੱਗਦਾ ਸੀਗਾ ਕਿ ਇਹ ਗੈਪ ਦੇ ਰਹੀ ਆ ਹਨਾ ਹੁਣ ਆ ਨਹੀਂ ਰਹੀ ਆ ਆ ਇੱਕ ਇੱਕ ਸਾਲ ਆਲਮੋਸਟ ਅਸੀਂ ਸ਼ਾਹੀ ਮਾਜਰਾ ਨੂੰ ਇੱਕ ਸਾਲ ਦਿੱਤਾ ਸੋ ਆ ਕਿ ਪਤਾ ਨਹੀਂ ਕਿਉਂ ਨਹੀਂ ਆ ਕਿਉਂ ਚੁੱਪ ਕਰ ਗਿਆ ਸੋ ਮਤਲਬ ਮੈਨੂੰ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਆ ਉਸ ਚੀਜ਼ ਦਾ ਜਵਾਬ ਸ਼ਾਹੀ ਮਾਜਰਾ ਦੇਗਾ ਤੇ ਸ਼ਾਹੀ ਮਾਜਰਾ ਇੱਕ ਬਹੁਤ ਹੀ ਆਈ ਫੀਲ ਤਗੜਾ ਜਵਾਬ ਹੈ ਸਾਰਿਆਂ ਦੇ ਮੂਤੇ ਦਾ ਲਾਈਕ ਦਿਸ ਇਜ਼ ਮਾਈ ਵਰਕ ਅਕਚੁਅਲੀ ਉਹ ਸਬਰ ਸੇ ਉਹ ਵੇਟ ਸੇ ਜਸਟ ਬਿਕਾਜ਼ ਆਫ ਕਿ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕੁਝ ਅਗਰ ਪਰਫਾਰਮ ਕੀਤਾ ਤੁਸੀਂ ਆਪਣਾ ਬੈਸਟ ਦਿੱਤਾ ਉਹ ਲੋਕਾਂ ਨੂੰ ਪਸੰਦ ਆ ਸਕਦਾ ਤੁਸੀਂ ਦੈਟਸ ਵਾਈ ਕਿਸੇ ਚੀਜ਼ ਨੂੰ ਲੈ ਕੇ ਰੁਕੇ ਹੋਏ ਹੋ ਕਿ ਇਹ ਆ ਜਾਏ ਹੁਣ ਇਹ ਆਵੇ ਇੱਕ ਵਾਰ ਤੇ ਲੋਕਾਂ ਨੂੰ ਇਹ ਜੋ ਜੋ ਮੇਰੀ ਮੇਰੇ ਬਾਰੇ ਮੈਂ ਹੋਰ ਕੀ ਕਰ ਸਕਦੀ ਹਾਂ ਬਾਰੇ ਨਹੀਂ ਪਤਾ ਤੇ ਉਹ ਚੀਜ਼ ਪਤਾ ਲੱਗੇ ਸੋ ਇਹ ਉਹਨਾਂ ਦੇ ਜਿਹੜੇ ਖਿਆਲ ਨੇ ਉਹ ਹੁਣ ਸ਼ਾਇਦ ਥੋੜੇ ਬਦਲਣਗੇ ਜਿਵੇਂ ਅਸੀਂ ਆਫ ਕੈਮਰਾ ਡਿਸਕਸ ਕਰ ਰਹੇ ਸੀ ਹੈਨਾ ਅ ਸ਼ਾਹੀ ਮਾਜਰਾ ਤੋਂ ਬਾਅਦ ਥੋੜਾ ਚੂਜ਼ ਕਰਨ ਦਾ ਇੱਕ ਜੋ ਲੈਵਲ ਸੀਗਾ ਜਾਂ ਕਹਿ ਲਓ ਇੱਕ ਕ੍ਰਾਈਟੇਰੀਆ ਸੀਗਾ ਸਕ੍ਰਿਪਟਸ ਚੂਜ਼ ਕਰਨ ਦਾ ਉਹਦੇ ਵਿੱਚ ਕੀ ਚੇਂਜ ਆਇਆ ਹੈ ਸ਼ਾਹੀ ਮਾਜਰਾ ਤੋਂ ਬਾਅਦ ਜੀ ਉਹਨੂੰ ਚੂਜ਼ ਕਰਨ ਤੋਂ ਬਾਅਦ ਆਫਟਰ ਯੂਵ ਡਨ ਸ਼ਾਹੀ ਮਾਜਰਾ ਹਾਂ ਐਕਚੁਅਲੀ ਮੈਨੂੰ ਇਸ ਵੈਸੇ ਤਾਂ ਮੈਂ ਵੈਸੇ ਵੀ ਇਹੀ ਚਾਹੁੰਦੀ ਸੀ ਕਿ ਮੈਂ ਡਿਫਰੈਂਟ ਡਿਫਰੈਂਟ ਕੈਰੈਕਟਰਸ ਕਰਾਂ ਸੋ ਐਸ ਐਚ ਓ ਦਾ ਕੈਰੈਕਟਰ ਵੀ ਮੈਂ ਮੇਰੀ ਇਹੀ ਗੱਲ ਚ ਆਉਂਦਾ ਹੈ ਕਿ ਮੈਂ ਇੱਕ ਡਿਫਰੈਂਟ ਤੇ ਬੜਾ ਹੀ ਪਾਵਰਫੁਲ ਕੈਰੈਕਟਰ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਮੇਰਾ ਨੈਕਸਟ ਹੁਣ ਮੈਨੂੰ ਇਹੀ ਰਹੇਗਾ ਕਿ ਅਗਰ ਲੋਕਾਂ ਨੂੰ ਮੇਰੇ ਤੋਂ ਉਮੀਦਾਂ ਆ ਤੇ ਅਗਰ ਉਹਨਾਂ ਨੂੰ ਇਹ ਲੱਗ ਰਿਹਾ ਕਿ ਮੈਂ ਨੈਕਸਟ ਕੁਝ ਪ੍ਰੋਜੈਕਟ ਚੂਜ਼ ਕਰਾਂ ਤੇ ਉਹਦੇ ਵਿੱਚ ਮੈਂ ਕੀ ਪਰਫਾਰਮ ਕਰ ਰਹੀ ਆ ਇਹ ਬੜਾ ਮੈਟਰ ਕਰਦਾ ਹੈ ਮੇਰਾ ਕੈਰੈਕਟਰ ਜਿਹੜਾ ਉਹ ਕਿੰਨਾ ਕੁ ਲਾਈਵ ਆ ਉਹ ਕਿੰਨਾ ਕੁ ਲੋਕਾਂ ਦੇ ਨੇੜੇ ਆ ਜਾਂ ਉਹ ਕਿੰਨੀ ਕਿੰਨਾ ਕੁ ਐਕਸਾਈਟਮੈਂਟ ਨਾਲ ਭਰਿਆ ਹੋਇਆ ਕਿ ਲੋਕੀ ਉਸ ਚੀਜ਼ ਨੂੰ ਦੇਖਣ ਉਸ ਕੈਰੈਕਟਰ ਨੂੰ ਸੋ ਇਸ ਇਸ ਚੀਜ਼ ਦਾ ਮੈਂ ਬਹੁਤ ਧਿਆਨ ਰੱਖੂਗੀ ਆ ਡੈਫੀਨਿਟਲੀ ਠੀਕ ਹੈ ਜੇ ਤੁਹਾਨੂੰ ਇੱਕ ਚੀਜ਼ ਗਿਵ ਅਪ ਕਰਨੀ ਪਵੇ ਤਾਂ ਉਹ ਕੀ ਹੋਊਗੀ ਜਿਮ ਫੇਮ ਔਰ ਯਰ ਫੋਨ ਮਾਈ ਫੋਨ you'll give up your phone yeah okay i never go, give up my phone both ek to se dekho phone ta ki se, uh, gal hai ki oh assi uh, uh, paise kama ke la ke aune ha right ਜਾਸੀ ਕੁਛ ਨਾ ਕੁਛ ਕੰਮ ਕਰੀਏ ਤੇ ਫਿਰ ਆਉਂਦੇ ਆ ਅੱਛਾ ਮੈਨੂੰ ਇਹ ਗੱਲ ਦੱਸੋ ਤੁਹਾਡੇ ਕੋਲ ਫੋਨ ਨਹੀਂ ਹੋਊਗਾ ਡਾਇਰੈਕਟਰ ਤੁਹਾਨੂੰ ਕਿਵੇਂ ਕਾਲ ਕਰੂਗਾ ਕਿ ਸਾਵਨ ਮੈਂ ਆਪਣੀ ਅਗਲੀ ਫਿਲਮ ਤੁਹਾਡੇ ਨਾਲ ਕਰਨੀ ਆ ਚਿੱਠੀ ਲਿਖੂਗਾ ਤੁਹਾਨੂੰ ਮੈਨੂੰ ਲਾਈਵ ਦੇਖ ਕੇ ਵੈਸੇ ਵੀ ਮੈਨੂੰ ਸਿਲੈਕਟ ਮੇਰੇ ਥੀਏਟਰ ਦੇ ਵਿੱਚ ਫਸਟ ਟਾਈਮ ਕਿਸੇ ਨੇ ਮੈਨੂੰ ਦੇਖਿਆ ਸੀ ਪਰਫਾਰਮ ਕਰਦੇ ਆ ਪਰ ਹੁਣ ਉਹ ਤੁਹਾਨੂੰ ਥੋੜੇ ਲਾਈਵ ਲੱਭੂਗੇ ਅੱਛਾ ਦੇਖੋ ਕਿਸੇ ਕੋਈ ਤੁਹਾਨੂੰ ਮਿਲਣਾ ਨਹੀਂ ਚਾਹੁੰਦਾ ਜੇ ਕੋਈ ਡਾਇਰੈਕਟਰ ਤੁਹਾਨੂੰ ਮਿਲਣਾ ਵੀ ਚਾਹੁੰਦਾ ਇਨ ਪਰਸਨ ਲਾਈਵ ਮਿਲ ਕੇ ਦੇਖਣਾ ਚਾਹੁੰਦਾ ਕਿ ਮੈਂ ਸਾਵਨ ਨਾਲ ਕੰਮ ਕਰਨਾ ਹੈ ਕਿ ਨਹੀਂ ਫਰੋ ਮੀਟਿੰਗ ਫਿਕਸ ਕਰਨ ਲਈ ਵੀ ਕਿਵੇਂ ਕਰੂਗਾ ਮੇਰੀ ਟੀਮ ਨਾਲ ਗੱਲ ਕਰਕੇ ਇਟਸ ਵੈਰੀ ਈਜ਼ੀ ਨੂੰ ਲੱਗਦਾ ਕਿ ਅਸੀਂ ਫੋਨ ਬਿਨਾ रह ਸਕਦੇ ਹਾਂ ਬਟ ਆਪਣੇ profession ਬਿਨਾ ਨਹੀਂ रह ਸਕਦੇ ਟਰੂ ਆਪਣੇ ਕੈਰੀਅਰ ਵਾਸਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਚੀਜ਼ ਸਾਨੂੰ ਹਮੇਸ਼ਾ ਸੈਕਰੀਫਾਈਜ਼ ਕਰਨੀ ਪੈਂਦੀ ਹੈ ਆ ਕਾਫੀ ਚੀਜ਼ਾਂ ਮੈਂ ਵੀ ਸੈਕਰੀਫਾਈਜ਼ ਕੀਤੀਆਂ ਨੇ ਤੇ ਤੁਹਾਡੀ ਲਾਈਫ ਚੋਂ ਕਿਹੜੀਆਂ ਚੀਜ਼ਾਂ ਨੇ ਜੋ ਬਹੁਤ ਖਾਸ ਸੀ ਜਾਂ ਜੋ ਜੋ ਬਹੁਤ ਜ਼ਰੂਰੀ ਸੀ ਬਟ ਤੁਹਾਨੂੰ ਸੈਕਰੀਫਾਈਜ਼ ਕਰਨੀ ਪਈਆਂ ਫॉर ਯਰ ਕੈਰੀਅਰ ਆ ਆਪਣੀ ਫੈਮਲੀ ਤੋਂ ਦੂਰ ਰਹਿਣਾ ਐਕਚੁਅਲੀ ਇਹ ਚੀਜ਼ਾਂ ਮਤਲਬ ਕਈ ਵਾਰੀ ਬਹੁਤ ਵਾਰੀ ਇਦਾਂ ਹੁੰਦਾ ਆ ਕਿ ਜਿੱਦਾਂ ਹੁਣ ਮੈਂ ਆਪਣੇ ਮਮ ਡੈਡ ਆਪਣੀ ਸਿਸਟਰਸ ਤੋਂ ਮੈਨੂੰ ਦੂਰ ਰਹਿਣਾ ਪੈਂਦਾ ਇੱਥੇ ਸੋ ਆ ਕਈ ਵਾਰੀ ਮੈਂ ਉਹਨਾਂ ਨੂੰ ਵੀਡੀਓ ਕਾਲ ਕਰਾਂ ਤੇ ਉਹ ਸਾਰੇ ਜਾਣੇ ਇਕੱਠੇ ਹੁੰਦੇ ਆ ਸੋ ਮੈਂ ਕਈ ਵਾਰੀ ਉਹਨਾਂ ਨੂੰ ਬਿਆਨ ਹੀ ਨਹੀਂ ਕਰ ਪਾਉਂਦੀ ਕਿ ਮੈਨੂੰ ਮੈਂ ਕਿੰਨਾ ਮਿਸ ਕਰ ਰਹੀ ਹਾਂ ਸੋ ਮੈਂ ਉਹ ਸੈਕਰੀਫਾਈਜ਼ਰ ਕੀਤਾ ਹੈ ਇਮੋਸ਼ਨਲ ਕਰਦੀ ਹੋਈ ਤੇ ਅੱਛਾ ਆ ਤੁਸੀਂ ਸ਼ਾਹੀ ਮਾਜਰਾ ਚ ਇੱਕ ਐਸਐਚਓ ਦਾ ਕੈਰੈਕਟਰ ਪਲੇ ਕੀਤਾ ਹੈ ਠੀਕ ਹੈ ਇਫ ਇਨ ਰੀਅਲ ਤੁਹਾਨੂੰ ਇੱਕ ਦਿਨ ਲਈ ਐਸਐਚਓ ਬਣਾ ਦਿੱਤਾ ਜਾਵੇ ਜੀ ਤਾਂ ਕੋਈ ਇੱਕ ਲਾ ਜਿਹੜਾ ਤੁਸੀਂ ਲਿਆਉਂਗੇ ਜਾਂ ਤੁਸੀਂ ਕੀ ਬਦਲਾਵ ਲਿਆਉਣ ਦੀ ਕੋਸ਼ਿਸ਼ ਕਰੋਗੇ ਉਹ ਇੱਕ ਦਿਨ ਚ ਆਮ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਜੈਨੂਇਨ ਜੋ ਵੀ ਤੁਹਾਡਾ ਆਨਸਰ ਹੋਗਾ ਇੱਕ ਮੈਨੂੰ ਨਾ ਕੁਝ ਫਨੀ ਆਨਸਰ ਵੀ ਚਾਹੀਦਾ ਹੈ ਫਨੀ ਆਨਸਰ ਵੀ ਚਾਹੀਦਾ oh no <laughs> ਮੈਂ ਚਾਹੂੰਗੀ ਕਿ ਆਪਣੇ ਜਿਵੇਂ ਪੰਜਾਬ ਮਤਲਬ ਮੈਂ ਕੋਈ ਉਹਨਾਂ ਨੂੰ ਕੋਈ ਗਲਤ ਨਹੀਂ ਕਹਿ ਰਹੀ ਮੈਂ ਉਹਨਾਂ ਲਈ ਫਾਇਦੇ ਦੀ ਗੱਲ ਹੀ ਕਹਿ ਰਹੀ ਹਾਂ ਕਿ ਸਾਡੇ ਜਿੱਦਾਂ ਪੰਜਾਬੀ ਪੰਜਾਬ ਪੁਲਿਸ ਆ ਜਾਂ ਚੰਡੀਗੜ੍ਹ ਪੁਲਿਸ ਆ ਮੈਂ ਬਹੁਤ ਦੇਖੇ ਨੇ ਮਤਲਬ ਜਿਹੜੇ ਕਾਫੀ ਟਾਈਮ ਹੋ ਗਿਆ ਜਿਨ੍ਹਾਂ ਨੂੰ ਪੁਲਿਸ ਡਿਪਾਰਟਮੈਂਟ ਦੇ ਵਿੱਚ ਉਹਨਾਂ ਦੇ ਵੱਡੇ ਵੱਡੇ ਟਿੱਡ ਹੁੰਦੇ ਆ ਇਸ ਲਈ ਮੈਂ ਉਹਨਾਂ ਨੂੰ ਕਹਿਣਾ ਚਾਹੂੰਗੀ ਕਿ ਥੋੜੀ ਥੋੜੀ ਜੀ ਮਤਲਬ ਡਾਈਟਿੰਗ ਕਰਨੀ ਚਾਹੀਦੀ ਐਂਡ ਆਈ ਵਿਲ ਟ੍ਰੇਨ ਯੂ ਯਾ ਸੋ ਮੈਨੂੰ ਲੱਗਦਾ ਕਿ ਉਹ ਫਿਰ ਪਰਸਨੈਲਿਟੀ ਤੁਹਾਡੀ ਹੋਰ ਕੈਂਟ ਲੱਗਦੀ ਆ ਤੇ ਹੋਰ ਵਧੀਆ ਲੱਗਦੇ ਹੋ ਸੋ ਮੈਨੂੰ ਇਹ ਲੱਗਦਾ ਕਿ ਉਹ ਥੋੜਾ ਜਿਹਾ ਟੇਡਾ ਹੈ ਤਾਂ ਕਿਊਟ ਲੱਗਦਾ ਹੈ ਤੇ ਬਸ ਜੇ ਤੁਸੀਂ ਥੋੜਾ ਜਿਹਾ ਟਿੱਡ ਘਟਾ ਲਓ ਤੇ ਹੋਰ ਵਧੀਆ ਲੱਗੇਗਾ ਆਈ ਲਵ ਯੂ ਫੋਰ ðiਸ ਤਾਂ ਵੈਸੇ ਜੈਨੂਇਨਲੀ ਕੀ ਚੇਂਜ ਕਰਨਾ ਚਾਹੋ ਕੀ ਬਦਲਾਵ ਉਸ ਸ਼ਹਿਰ ਚ ਜਾਂ ਉਸ ਸੋਸਾਇਟੀ ਚ ਜਾਂ ਉਸ ਏਰੀਆ ਚ ਕੀ ਬਦਲਾਵ ਲੈਣਾ ਚਾਹੋਗੇ ਅਮ ਮੈਨੂੰ ਇਹ ਲੱਗਦਾ ਹੈ ਕਿ ਜਿੱਦਾਂ ਡਿਪਾਰਟਮੈਂਟ ਦੇ ਵਿੱਚ ਮੈਂ ਇਹ ਚਾਹੂੰਗੀ ਕਿ ਜਿੱਦਾਂ ਜਿਹੜੇ ਪੁਲਸ ਚ ਭਰਤੀ ਹੋਣਾ ਚਾਹੁੰਦੇ ਨੇ ਹਨਾ ਉਹਨਾਂ ਦੇ ਉਹਨਾਂ ਨੂੰ ਮੈਂ ਲੈ ਕੇ ਸੋਚਦੀ ਆ ਕਿ ਉਹਨਾਂ ਨੂੰ ਉਹ ਮਤਲਬ ਉਹ ਜਲਦੀ ਉਹਨਾਂ ਦੀ ਜਿਹੜੀ ਵਿਸ਼ਾ ਉਹ ਪੂਰੀ ਹੋ ਜਾਏ ਕਿਉਂਕਿ ਮੈਂ ਕਾਫੀ ਆਪਣੇ ਨੌਨ ਦੇ ਵਿੱਚ ਇਹ ਚੀਜ਼ਾਂ ਦੇਖਦੀਆਂ ਕਿ ਅਸੀਂ ਪੁਲਿਸ ਚ ਭਰਤੀ ਹੋਣ ਲਈ ਇੰਨਾ ਟਾਈਮ ਹੋ ਗਿਆ ਸਾਨੂੰ ਕਿ ਅਸੀਂ ਉਹਦੇ ਤੇ ਵਰਕ ਕਰ ਰਹੇ ਹਾਂ ਪਰ ਸਾਨੂੰ ਹਲੇ ਤੱਕ ਜੌਬਸ ਨਹੀਂ ਮਿਲ ਰਹੀਆਂ ਹਨਾ ਡਿਪਾਰਟਮੈਂਟ ਦੇ ਵਿੱਚ ਸੋ ਮੈਂ ਮਤਲਬ ਉਹ ਚੀਜ਼ ਮੈਂ ਸਰਕਾਰ ਨੂੰ ਮਤਲਬ ਲੈ ਕੇ ਇਹ ਚੀਜ਼ ਸੋਚਦੀ ਆ ਕਿ ਇਹ ਜਿਹੜੇ ਸੱਚੀ ਮੁੱਚੀ ਹਨਾ ਡਿਸਰਵ ਕਰਦੇ ਆ ਤੇ ਉਹਨਾਂ ਨੂੰ ਇੰਨਾ ਟਾਈਮ ਹੋ ਗਿਆ ਉਸ ਚੀਜ਼ ਪਿੱਛੇ ਸੋ ਉਹਨਾਂ ਨੂੰ ਜਲਦੀ ਤੋਂ ਜਲਦੀ ਜੌਬਸ ਮਿਲ ਜਾਣਾ ਠੀਕ ਹੈ ਹੁਣ ਮੈਂ ਕੁਝ ਆਰਟਿਸਟਸ ਦੇ ਨਾਮ ਲਵਾਂਗੀ ओके ਤੇ ਉਹਨਾਂ ਦਾ ਨਾਮ ਸੁਣਦੇ ਹੀ ਤੁਸੀਂ ਮੈਨੂੰ ਦੱਸਣਾ ਹੈ ਕਿ ਤੁਸੀਂ ਉਹਨਾਂ ਦੀ ਕਿਹੜੀ ਕੁਆਲਿਟੀ ਲੈਣਾ ਚਾਹੁੰਦੇ ਹੋ ਓਕੇ ਅ ਕਰਤਾਰ ਚੀਮਾ ਆਰਕੋ ਆਰਟਿਸਟ ਫਿਟਨੈਸ ਫਿਟਨੈਸ ਨਾਈਸ ਐਮੀ ਵਿਰਖ ਅ ਉਹਨਾਂ ਦਾ ਕਲਰ ਮਤਲਬ ਉਹ ਥੋੜੇ ਕੰਪਲੈਕਸ਼ਨ ਜਾਂ ਉਹ ਥੋੜੇ ਜਿਵੇਂ ਸਾਵਲੇ ਆ ਨਾ ਮੈਨੂੰ ਉਹਨਾਂ ਦਾ ਕਲਰ ਦੱਸ ਕੀ ਜਾਂ ਦੱਸ ਕੀ ਕਲਰ ਆ ਸੋ ਬਹੁਤ ਅੱਛਾ ਲੱਗਦਾ ਮੈਨੂੰ ਜਗਜੀਤ ਸੰਦੂ ਆਈਜ਼ ਮੇਰੀ ਸਿਸਟਰ ਦੀ ਆਈਜ਼ 골ਡਨ ਆ ਉਹਨਾਂ ਦੀ ਵੀ ਆਈਜ਼ ਹੇਜ਼ਲ 골ਡਨ ਜੀ ਹੈ ਜਗਦੀਪ ਸਿੱਧੂ ਰਾਈਟਿੰਗ ਐਂਡ ਸੈਂਸਿਟਿਵਿਟੀ ਯਾ ਮੈਂ ਬਹੁਤ ਅੱਛਾ ਹਾਂ ਹਾਂ ਲੈ ਲਾਂਗੇ ਆਪਾਂ ਉਹਨਾਂ ਦੀ ਰਾਈਟਿੰਗ ਦੀ ਮੈਂ ਬਹੁਤ ਵੱਡੀ ਫੈਨ ਆ ਯਾ ਠੀਕ ਹੈ ਐਂਡ ਲਾਸਟ ਬਟ ਨਾਟ ਦ ਲੀਸਟ ਨਿਕੀਤ ਢਿੱਲੋਂ ਬਿਊਟੀ ਨਿਕੀਤ ਦੀ ਬਿਊਟੀ ਮੈਂ ਨਿਕੀਤ ਦੀ ਬਿਊਟੀ ਤੋਂ ਬਹੁਤ ਇਨਸਪਾਇਰਡ ਆ ਥੈਂਕ ਯੂ so this was it i i really love talking to you and mainu bahut really mainu khadnu bahut acha lag gaya kisi kujje nal oh session kita question answers ya yeah, boch chizyan da mainu vi nakeet da pata lag gaya nakeet nu vi i think mera pata lagga hovega so uh, thank you so much team uh, ke tusi uh, inna zyada sanu ek dusre na connect karan da mauka ditta so really surili, <laughs> 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 surili kahan gaya waadi e hoyi na gall surili jad vi on hundi hai ta sochdi hai ਜੇ ਕੁੜੀਆਂ ਇਸ ਜੱਗ ਤੇ ਨਾ ਹੁੰਦੀਆਂ ਤਾਂ ਕੀ ਹੋਣਾ ਸੀ ਇੰਨਾ ਸੋਹਣਾ ਹੋ ਕੇ ਵੀ ਜੱਗ ਸੋਹਣਾ ਨਹੀਂ ਹੋਣਾ ਸੀ ਤੇ ਸੋਹਣੀਆਂ ਕੁੜੀਆਂ ਨੂੰ ਇੱਕ ਚੀਜ਼ ਬਹੁਤ ਪਸੰਦ ਹੁੰਦੀ ਹੈ ਉਹ ਮੈਨੂੰ ਪਤਾ ਹੈ ਉਹ ਹੈ ਸਰਪ੍ਰਾਈਜ਼ਸ ਬਸ ਇਸ ਲਈ ਤੁਹਾਡੇ ਲਈ ਖਾਸ ਆਡੀਓ ਸਰਪ੍ਰਾਈਜ਼ਸ ਲੈ ਕੇ ਆ ਗਈ ਹੈ ਸੁਰੀਲੀ ਪਹਿਲਾ ਸਰਪ੍ਰਾਈਜ਼ ਨੀਕੀ ਤੁਹਾਡੇ ਲਈ ਰੈਡੀ ਨਕੀਤ ਦੇ ਨਾਲ ਮੇਰੀ ਅਟੈਚਮੈਂਟ ਬਹੁਤ ਅਲੱਗ ਲੈਵਲ ਦੀ ਹੈ ਫਸਟ ਟਾਈਮ ਅਸੀਂ ਮਿਲੇ ਸੀ ਸਾਡੇ ਆਫਿਸ ਸਾਡੀ ਤੋਂ ਮਦੀ ਮੈਨੇਜਮੈਂਟ ਸੇਮ ਸੀ ਫਿਰ ਉਦੋਂ ਬਾਅਦ ਅਸੀਂ ਇੱਕ ਗਾਣਾ ਕੱਟ ਕੀਤਾ ਹੌਲੀ ਹੌਲੀ ਕਰਕੇ ਅਸੀਂ ਲੋਕਡਾਊਨ ਚ ਇੱਕ ਗਾਣਾ ਸ਼ੂਟ ਕੀਤਾ ਸੀ ਤੁਸੀਂ ਕਿਤੇ ਵੀ ਕਿਸੇ ਇਨਸਾਨ ਨੂੰ ਮਿਲਦੇ ਹੋ ਤੁਹਾਨੂੰ 2 ਮਿੰਟ ਚ ਸੈਂਸ ਆ ਜਾਂਦੀ ਕਿ ਇਹ ਇਨਸਾਨ ਕਿਦਾਂ ਦਾ ਹੋਏਗਾ ਹੈਨਾ ਤੇ ਮੈਨੂੰ ਫਰਸਟ ਟਾਈਮ ਮਿਲ ਕੇ ਬਹੁਤ ਚੰਗਾ ਲੱਗਿਆ ਨੀਕੀਤ ਦੇ ਨਾਲ ਇਨੀ ਛੋਟੀ ਉਮਰ 'ਚ ਇਨੀ ਡੈਡੀਕੇਸ਼ਨ ਨਾਲ ਕੰਮ ਕਰਨਾ ਉਹਦੂ ਬਹੁਤ ਆਪਣੇ ਮॉम ਨਾਲ ਰਹਿੰਦੇ ਨੇ ਆਪਣੇ ਮॉम ਲਈ ਰਿਸਪੌਂਸਿਬਿਲਟੀ ਨਾਲ ਸਾਰਾ ਕਾਰ ਸੰਭਦੇ ਆ ਸਾਰਾ ਕੁਝ ਤੇ ਉਹ ਚੀਜ਼ਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ ਤੇ ਹਜੇ ਵੀ ਕਦੇ-ਕਦੇ ਐਦਾਂ ਹੁੰਦਾ ਕਿ ਰਾਤੀ 2 ਵਜੇ ਆ 3 ਵਜੇ ਉਹਨਾਂ ਨੂੰ ਕੋਈ ਗੱਲ ਮੇਰੇ ਨਾਲ ਸ਼ੇਅਰ ਕਰਨੀ ਹੋਵੇ ਆ ਮੈਂ ਉਹਨਾਂ ਨਾਲ ਕਰਨੀ ਹੁੰ ਗੱਲ ਕਰ ਲੈਣੇ ਆ ਹੁਣ ਐਦਾਂ ਦਾ ਬੌਂਡ ਹੈ ਸਾਡਾ ਤੇ ਮੈਂ ਆਪਣੇ ਵੱਲੋਂ ਉਹਨਾਂ ਦੇ ਆਉਣ ਵਾਲੇ ਸਾਰੇ ਪ੍ਰੋਜੈਕਟਸ ਲਈ ਬੈਸਟ ਵਿਸ਼ੇਜ਼ ਆਲਵੇਜ਼ ਦਊਂਗਾ ਕਿਉਂਕਿ ਮੈਨੂੰ ਪਤਾ ਕਿ ਕਿੰਨੀ ਮਿਹਨਤ ਕਰਕੇ ਉਹ ਇੱਥੇ ਤੱਕ ਆਏ ਨੇ ਔਰ ਵਾਹਿਗੁਰੂ ਹੀ ਮੇਰ ਕਰਨ ਕਿ ਉਹ ਹੋਰ ਬਹੁਤ ਅੱਗੇ ਤੱਕ ਜਾਣ ਓ ਮਾਈ ਗੋਡ ਥਿਸ ਸੱਚੀ ਜੇ ਸਰਪ੍ਰਾਈਜ਼ ਆ ਆ ਵਾਸਨਟ ਐਕਸਪੈਕਟਿੰਗ ਥਿਸ ਮੈਨੂੰ ਲੱਗੇ ਪਤਾ ਨਹੀਂ ਸੁਰੇਲੀ ਕੀ ਆਉ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਗੁੱਡ ਨਜ਼ਰ ਯੂ ਮੇਡ ਮਾਈ ਡੇ ਐਂਡ ਥੈਂਕ ਯੂ ਸੁਰੇਲੀ ਆਈ ਲਵ ਯੂ ਸੁਰੇਲੀ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਬੋਲਾਂ ਐਮ ਸੋ ਨਾਮ ਮੈਂ ਇਸ ਚੀਜ਼ ਨੂੰ ਫੀਲ ਕਰ ਸਕਦੀ ਆ ਤੁਸੀਂ ਕਈ ਵਾਰੀ ਇਦਾਂ ਸੋਚ ਹੁੰਦਾ ਕਿ ਮੈਂ ਇਹਨਾਂ ਤੋਂ ਇਨੀ ਤਾਰੀਫ ਕਦੇ ਇਨਾ ਸੁਣਿਆ ਨਹੀਂ ਆ ਤੇ ਉਹ ਤੁਸੀਂ ਇੱਕਦਮ ਸੁਣ ਲਓ ਇਟ ਵਾਸ ਐਕਚੁਅਲੀ ਸੋ ਅਨਐਕਸਪੈਕਟਿਡ ਲਾਈਕ ਆਈ ਐਮ ਇੰਟਰਵਿਊਇੰਗ ਸਾਵਨ ਰੂਪੋ ਵਾਲੀ ਫॉर ਸ਼ਾਹੀ ਮਾਜਰਾ ਪ੍ਰੋਮੋਸ਼ਨ ਸਟਾਰੀ ਐਂਡ ਸੁਰੀਲੀ ਜੀ ਕਮਸ ਅਪ ਵਿਦ ਗੁੱਡ ਨਜ਼ਰ ਦਾ ਵੌਇਸ ਨੋ ਦੈਟ ਇਜ਼ ਸੋ ਹਾਰਟਫੈਲਟ ਐਂਡ ਥੈਂਕ ਯੂ ਸੋ ਮੱਚ ਆਈ ਲਵਡ ਥਿਸ ਐਲੀਮੈਂਟ ਦ ਮੋਸਟ ਮੇਰੀ ਨਾਈਸ ਅਗਲਾ ਸਰਪ੍ਰਾਈਜ਼ ਸਾਵਨ ਤੁਹਾਡੇ ਲਈ ਹਾਂ ਸਾਵਨ ਸਕੰਦਰ ਤੋਂ ਬਾਅਦ ਤੁਹਾਡੇ ਕਰੈਕਟਰ ਨੂੰ ਵੇਖ ਕੇ ਲੱਗਦਾ ਸੀ ਕਿ ਤੁਸੀਂ ਬੜੇ ਕਿਊਟ ਜੇ ਰੋਲ ਜਾਂ ਕੋਈ ਇਨੋਸੈਂਟ ਰੋਲ ਜਾਂ ਫਿਰ ਫੇਸ ਤੋਂ ਮਤਲਬ ਤੁਹਾਡਾ ਬੇਬੀ ਫੇਸ ਆ ਬੜਾ ਕਿਊਟ ਜਆ ਉਸ ਤਰ੍ਹਾਂ ਦੇ ਰੋਲ ਕਰ ਸਕਦੇ ਹੋ ਪਰ ਜਦੋਂ ਮੈਂ ਸ਼ਾਹੀ ਮਾਜਰਾ ਦਾ ਤੁਹਾਡੀ ਵੈਬਸਰੀ ਦਾ ਟ੍ਰੇਲਰ ਵੇਖਿਆ ਮਤਲਬ ਕਮਾਲ ਲੱਗਦਾ ਸੀ ਜੋ ਡਰੈਸ ਨੂੰ ਯੂਨੀਫਾਰਮ ਨੂੰ ਤੁਸੀਂ ਚੰਗੇ ਤਰੀਕੇ ਨਾਲ ਕੈਰੀ ਕੀਤਾ ਤੇ ਇੱਕ ਤਾਕੜ ਜਿਹਾ ਕਰੈਕਟਰ ਸਾਹਮਣੇ ਆਇਆ ਆ ਰੀਅਲੀ ਸਰਪ੍ਰਾਈਜ਼ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਤੇ ਗੁੱਡ ਲੱਕ ਓ ਮਾਈ ਗੋਡ ਕਰਤਾਰ ਸਰ ਵੱਲੋਂ ਮੈਂ ਨਹੀਂ ਇਹਦਾ ਸੋਚਿਆ ਸੀ ਕਿਉਂਕਿ ਮੈਂ ਕਰਤਾਰ ਸਰ ਨੂੰ ਖੁਦ ਆ ਪੁਲਿਸ ਦੀ ਡਰੈਸ ਦੇ ਵਿੱਚ ਦੇਖਿਆ ਹੋਇਆ ਤੇ ਉਹ ਤੁਹਾਨੂੰ ਪਤਾ ਹੀ ਉਹ ਬੋਲਦੇ ਕਿੰਨਾ ਘੋਟੇ ਤਾਰੀਫ ਵੀ ਨਹੀਂ ਕਰਦੇ ਮੈਂ ਪਹਿਲੀ ਵਾਰੀ ਉਹਨਾਂ ਦੇ ਮੂੰਹੋਂ ਸੁਣੀ ਹੈ ਗੱਲ ਕਿ ਬੇਬੀ ਫੈਸਾ थैंक यू so much ਸਰ ਇਨੀ ਆ ਬਲੇਸਿੰਗਸ ਲਈ ਤੇ ਮੈਨੂੰ ਸੱਚੀ ਮੈਂ ਸਰਦੇ ਮੂੰਹ ਕਦੀ ਨਹੀਂ ਤਾਰੀਫ ਨਹੀਂ ਸੁਣੀ ਥੈਂਕ ਯੂ ਟੀਮ ਐਂਡ ਥੈਂਕ ਯੂ ਸੁਰੀਲੀ ਥੈਂਕ ਯੂ ਕਰਤਾਰ ਸਰ ਥੈਂਕ ਯੂ so much ਥੈਂਕ ਯੂ ਰੀਅਲੀ ਥੈਂਕ ਯੂ ਆਈ ਫੀਲ ਲਾਈਕ ਹਾਂਜੀ ਨਜ਼ਰ ਕਿੱਦਾਂ ਲੱਗੇ ਸਰਪ੍ਰਾਈਜ਼ਸ ਸੱਚੇ ਬਹੁਤ ਵਧੀਆ ਹੁਣ ਇਹ ਤੋਂ ਪਹਿਲਾਂ ਤੁਸੀਂ ਮੇਰੀ ਤਾਰੀਫ ਦੇ ਪੁੱਲ ਬੰਨੋ ਤੁਸੀਂ ਦੇਵੋ ਜਵਾਬ ਸੁਰੀਲੀ ਦੇ ਸਵਾਲਾਂ ਦੇ ਓਕੇ ਮੇਰਾ ਪਹਿਲਾ ਸਵਾਲ ਤੁਹਾਨੂੰ ਦੋਵਾਂ ਨੂੰ ਤੁਹਾਡੇ ਅਕੋਰਡਿੰਗ ਇੱਕ ਪੋਲਫੈਕਟ ਮੁੰਡੇ ਦੀ ਕੀ ਡੈਫੀਨੀਸ਼ਨ ਹੈ ਉਹਨੂੰ ਫਿਜ਼ੀਕਲੀ ਕਿਹੋ ਜਿਹਾ ਹੋਣਾ ਚਾਹੀਦਾ ਉਹਦੀ ਆਊਟਲੁੱਕ ਕਿਹੋ ਜਿਹੀ ਹੋਣੀ ਚਾਹੀਦੀ ਹੈ ਕਿਹੜੀਆਂ ਕੁਆਲਿਟੀਆਂ ਉਹਦੇ ਵਿੱਚ ਹੋਣੀਆਂ ਚਾਹੀਦੀਆਂ ਤੇ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਪਹਿਲਾਂ ਕੀ ਨਾ ਬੋਲਣਾ ਸੋ ਰਿਲੀ ਜੀ ਦੱਸ ਕੇ ਜਾਓ ਅਸੀਂ ਲੜ ਪਾਂਗੇ ਚਲੋ ਬੱਡੇ ਫਰਸਟ ਓਕੇ ਅੱਛਾ ਬੱਡੇ ਫਰਸਟ ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਤੁਹਾਡਾ ਲਾਈਫ ਪਾਰਟਨਰ ਆ ਯਾ ਜੇ ਦੇ ਨਾਲ ਤੁਸੀਂ ਮੈਰਿਜ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਮੇਰੇ ਲਾਈਫਟਾਈਮ ਮੇਰੇ ਨਾਲ ਰਵੇ ਸਪੋਰਟਿਵ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੇ profession ਨੂੰ ਜਾਂ ਤੁਸੀਂ ਕੀ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ ਉਹ ਤੁਹਾਡੇ ਨਾਲ ਸਪੋਰਟਿਵ ਹੋਣ ਦੇ ਕਾਰਨ ਤੁਸੀਂ ਮੈਨੂੰ ਲੱਗਦਾ ਹੈ ਕਿ ਬਹੁਤ ਅੱਗੇ ਤੱਕ ਜਾ ਸਕਦੇ ਹੋ ਤੁਹਾਡੇ ਮਮ ਡੈਡ ਦੀ ਤੁਹਾਡੀ ਫੈਮਿਲੀ ਦੀ ਰਿਸਪੈਕਟ ਕਰੇ ਕਿਉਂਕਿ ਕਿਉਂਕਿ ਜਦੋਂ ਇੱਕ ਰਿਲੇਸ਼ਨ ਬੰਨਦਾ ਹੈ ਤੁਸੀਂ ਤੁਹਾਡਾ ਅਗਰ ਕੁੜੀਆਂ ਦਾ ਇਹ ਫਰਜ਼ ਬੰਨਦਾ ਹੈ ਕਿ ਉਹਦੇ ਲਈ ਨਵੀਂ ਇੱਕ ਫੈਮਿਲੀ ਆ ਉਹਨੂੰ ਰਿਸਪੈਕਟ ਦੇਣਾ ਸੋ ਬॉयਜ਼ ਦਾ ਵੀ ਇਹੀ ਚੀਜ਼ ਮੈਨੂੰ ਇਹ ਲੱਗਦਾ ਹੋਣੀ ਚਾਹੀਦੀ ਹੈ ਬਾਕੀ ਮੈਨੂੰ ਮੈਨੂੰ ਬਹੁਤ ਜ਼ਿਆਦਾ ਗੋਰੇ ਰੰਗ ਵਾਲੇ ਮੁੰਡੇ ਬਹੁਤ ਜ਼ਿਆਦਾ ਗੋਰੇ ਰੰਗ ਵਾਲੇ ਮੁੰਡੇ ਇੰਨੇ ਜ਼ਿਆਦਾ ਪਸੰਦ ਨਹੀਂ ਆ ਮੈਨੂੰ ਆਰਡਸ ਕੀ ਕਲਰ ਮਤਲਬ ਬਰਾਊਨ ਮੁੰਡੇ ਮੈਨੂੰ ਵੱਧਿਆ ਲੱਗਦੇ ਆ ਮੈਨੂੰ ਲੁਕਸ ਵਾਈਜ਼ ਦੇਖੋ ਤਾਂ ਮੈਨੂੰ ਸਰਦਾਰ ਮੁੰਡਾ ਪਸੰਦ ਹੈ ਹਮ ਓਕੇ ਆਈ ਵਾਂਟ ਅ ਸਰਦਾਰ ਬாய் ਹਮ ਔ ਟਾਲ ਹੋਵੇ ਜਿਵੇਂ ਮੇਰੇ ਡੈਡ ਟਾਲ ਸੀਗੇ ਸੋ ਤਾਂ ਕਿ ਉਹ ਡੈਡ ਵਾਲੀ ਛਵੀ ਹਾਈਟ ਵਾਲਾ ਸੇ ਕਿ ਟਾਲ ਵਾਲਾ ਮੇਰੇ ਵੱਲੋਂ ਵੀ ਕੋਈ ਆਲਵੇਸ ਸੇ ਕੁੜੀਆਂ ਨੂੰ ਆਪਣਾ ਪਾਰਟਨਰ ਜੋ ਚਾਹੀਦਾ ਹੁੰਦਾ ਉਹਦੇ ਚ ਡੈਡ ਦੀ ਇੱਕ ਛਵੀ ਚਾਹੀਦੀ ਹੁੰਦੀ ਆ ਸੋ ਮੈਂ ਚਾਹੁੰਨੀ ਆ ਡੈਡ ਨੂੰ ਲੰਬਾ ਹੋਵੇ ਪੱਗ ਹੋਵੇ ਐਂਡ ਮੁੱਛਾਂ ਹੋਣ ਓਕੇ ਆ ਲਵ ਮੁਚਰ ਬॉयਜ਼ ਐਂਡ ਮੈਨੂੰ ਹਸਾਨ ਦਾ ਹੋਵੇ ਮੈਂ ਜਿੰਨਾ ਮਰਜ਼ੀ ਸੈਡ ਹੋਵਾਂ ਮੈਂ ਜਿੰਨਾ ਮਰਜ਼ੀ ਦੁਖੀ ਹੋਵਾਂ ਲੋ ਫੀਲ ਕਰਾਂ ਹਨਾ ਉਹ ਉਹ ਪੁਆਇੰਟਸ ਤੇ ਮੈਨੂੰ ਸਪੋਰਟ ਤਾਂ ਕਰੇ ਬਟ ਉਹ ਉਸ ਜ਼ੋਨ ਚੋਂ ਮੈਨੂੰ ਬਾਹਰ ਲੈ ਕੇ ਆਵੇ ਹਸਾਵੇ ਐਂਡ ਹਨਾ ਉਹ ਹੋਈ ਇੱਕ ਬੌਂਡ ਹੋਵੇ ਨਾਟ ਵੈਰੀ ਰੋਮਾਂਟਿਕ ਰੋਮਾਂਟਿਕ ਬੌਂਡ ਬਟ ਅ ਵੈਰੀ ਫਰੈਂਡਲੀ ਐਂਡ ਵੈਰੀ ਮਸਤੀ ਵਾਲਾ ਬੌਂਡ ਹੋਵੇ and uh, especially like, uh, ਜੋ ਮੇਰੀ ਫੀਲਡ ਆ ਇਸ ਫੀਲਡ ਨੂੰ ਸਪੋਰਟ ਕਰੇ ਮੈਨੂੰ ਸਪੋਰਟ ਕਰੇ ਇਨ 올 ਮਾਈ ਪ੍ਰੋਜੈਕਟਸ ਥੈਟ ਆਈ ਡੂ ਜੇਕਰ ਕੋਈ ਬੈਕਲੈਸ਼ ਵੀ ਆਉਂਦਾ ਹੈ ਤਾਂ ਆਈ ਊਡ ਵਾਂਟ ਮਾਈ ਪਾਰਟਨਰਸ਼ਿਪ ਸਟੈਂਡ ਵਿਦ ਮੀ ਐਂਡ ਬੋਲੇ ਕਿ ਨਹੀਂ ਮੇਰੀ ਅਲੀਸਾ ਹੈ ਅਨਾਇਆ ਹੂ ਥੋ ਯੈਸ ਸ਼ਾਹੀ ਮਾਜਰਾ ਦੀ ਸਕ੍ਰਿਪਟ ਨਰੇਸ਼ਨ ਵੇਲੇ ਸਭ ਤੋਂ ਪਹਿਲਾਂ ਤੁਹਾਡੇ ਮਨ 'ਚ ਕੀ ਖਿਆਲ ਆ ਆ ਜਦੋਂ ਮੈਂ ਸਕ੍ਰਿਪਟ ਸੁਣੀ ਸੀਗੀ ਤੇ ਮੈਨੂੰ ਜਦੋਂ ਦੱਸਿਆ ਗਿਆ ਕਿ ਐਵੇਂ ਸਕ੍ਰਿਪਟਾ ਐਵੇਂ ਨਕੀਤ ਹੈ ਵਿੱਚ ਸਾਰਾ ਕੁਛ ਆ ਸੋ ਮੈਨੂੰ ਮੇਰੇ ਪਹਿਲਾਂ ਹੀ ਜਿਹੜਾ ਫਰਸਟ ਵਰਡ ਹੀ ਦਿਮਾਗ 'ਚ ਆਇਆ ਕਿ ਕੁਝ ਬਹੁਤ ਬੰਬ ਹੋਣ ਵਾਲਾ ਹੈ ਸੋ ਮੈਨੂੰ ਇਹਦਾ ਪਾਰਟ ਹੋਣਾ ਪੈਣਾ ਹੈ ਮਤਲਬ ਬਹੁਤ ਜ਼ਰੂਰੀ ਹੈ ਕਿ ਮੈਂ ਅਗਰ ਇੱਕ ਸਕ੍ਰਿਪਟ ਨੂੰ ਕਰਦੀ ਆਂ ਤੇ ਉਹ ਮੇਰੇ ਲਈ ਬਹੁਤ ਹੀ ਵਧੀਆ ਹੋਏਗਾ ਸੋ ਮੇਰੇ ਪਹਿਲਾਂ ਹੀ ਦਿਮਾਗ 'ਚ ਆਇਆ ਕਿ ਜੋ ਵੀ ਹੋਏਗਾ ਉਹ ਬੈਸਟ ਹੋਏਗਾ मेरे दिमाग च आया वाओ लाइक फाइनली एक सुपर स्ट्रोंोंग स्क्रिप्ट सुपर स्ट्रोंोंग कुड़िया वास्ते एंड yeah. <laughs> बहुत स्ट्रोंग कैरेक्टर्स था मैं बहुत मतलब दिल खुश हो गया सी मेरा स्क्रिप्ट सुन के बट उस तो जस्ट बाद मैं थोड़ा जहा डर गई ओके okay, अगम इज़ द रिस्पोंसिबिलिटी है ना इन्ने सारे शेड्स इन्ने सारे लेयर्स एंड एज एन एक्टर उद्देश मेरा क्राफ्ट एकदम ਪਰਫੈਕਟ ਹੋਣਾ ਚਾਹੀਦਾ ਟੂ ਯੂ ਨੋ ਪਲੇ ਅਗਮ ਇਨ ਅ ਫਲੌਰਲੈਸ ਵੇ ਤਾਂ ਉਹ ਚੀਜ਼ ਲੈ ਕੇ ਥੋੜਾ ਜਿਹਾ ਘਬਰਾ ਵੀ ਗਈ ਸੀਗੀ ਈਵਨ ਆਈ ਹਾਂਜੀ ਦਰਸ਼ਕੋ ਹੁਣ ਇੱਕ ਜ਼ਰੂਰੀ ਸੂਚਨਾ ਤੁਹਾਡੇ ਲਈ ਵੀ ਗੁਰਨਾਜ਼ ਐਂਡ ਅਗਮ ਤੁਹਾਡੀ ਵੈਬ ਸੀਰੀਜ਼ ਆ ਰਹੀ ਹੈ ਚੌਪਾਲ ਐਪ ਤੇ ਉਹਦੇ ਬਾਰੇ ਖੁੱਲ ਕੇ ਦੱਸੋ ਸਾਡੀ ਆਡੀਅנס ਨੂੰ ਆਹ ਖੁੱਲ ਕੇ ਤੇ ਹੀ ਕਵਾਂਗੇ ਜੀ ਹੁਣ ਸਾਡੀ ਸੀਰੀਜ਼ ਸ਼ਾਹੀ ਮਾਜਰਾ ਸੋ ਤੁਸੀਂ ਦੇਖੋ ਤੇ ਸਾਨੂੰ ਦੱਸੋ ਤੁਹਾਨੂੰ ਕਿਵੇਂ ਦੀ ਲੱਗੀ ਇੰਨੇ ਵਧੀਆ ਰਿਵਿਊ ਸਾਨੂੰ ਸਾਰਿਆਂ ਵੱਲੋਂ ਮਿਲ ਰਿਹਾ ਸੋ ਅਸੀਂ ਬੜੇ ਬੇਸਬਰੀ ਨਾਲ ਤੁਹਾਡੇ ਆ ਕਮੈਂਟਸ ਦੀ ਵੇਟ ਕਰ ਰਹੇ ਹਾਂ ਬਹੁਤ ਜਲਦੀ ਬਸ ਹੁਣ ਸਾਡੇ ਕੋਲ ਵੇਟ ਨਹੀਂ ਹੋ ਰਹੀ ਅਸੀਂ ਬਹੁਤ ਐਕਸਾਈਟਿਡ ਹਾਂ ਤੁਹਾਡੇ ਰਿਵਿਊਜ਼ ਦੀ ਸੋ ਇੱਕ ਦਿਨ ਚ ਪੂਰੀ ਸੀਰੀਜ਼ ਨੂੰ ਦੇਖ ਲਿਓ ਤੇ ਸ਼ਾਮ ਨੂੰ ਜਰੂਰ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ आई आई एम श्योर थोनू बहुत अच्छी लगूगी अगम ਨਾਲ ਤੁਹਾਨੂੰ ਪਿਆਰ ਹੋ ਜਾਊਗਾ ਐਸਚੋ ਪੁੱਲਰ ਦੇ ਕੀ ਕਹਿੰਦੇ ਆ ਦੀ ਹਿੰਮਤ ਤੁਸੀਂ ਦਾਤ ਦੋਗੇ ਐਂਡ ਤੁਸੀਂ ਬਹੁਤ ਪਿਆਰ ਦੋਗੇ ਸ਼ਾਹੀ ਮਾਜਰਾ ਨੂੰ ਆਈ نو ਬਸ ਇੱਕ ਛੋਟੀ ਜੀ ਰਿਕਵੈਸਟ ਆ ਚੋਪਾਲ ਐਪ ਡਾਊਨਲੋਡ ਕਰਕੇ ਸਬਸਕ੍ਰਿਪਸ਼ਨ ਲੈ ਕੇ ਵੇਖਿਓ ਸ਼ਾਹੀ ਮਾਜਰਾ ਪਾਇਰੇਸੀ ਨੂੰ ਪਲੀਜ਼ ਅਵੋਇਡ ਕਰੋ ਤੇ ਪਾਸਵਰਡ ਵੀ ਨਾ ਮੰਗਿਓ ਤੇ ਜ਼ਰੂਰ ਦੇਖਿਓ ਹਾਂਜੀ ਆਇਆ ਨਾ ਮਜ਼ਾ ਤੇ ਹੁਣ ਤੁਹਾਨੂੰ ਦੋਵਾਂ ਨੂੰ ਮਿਲ ਰਿਹਾ ਮੌਕਾ ਸੁਰੇਲੀ ਨਾਲ ਸੈਲਫੀ ਕਰਾਉਣ ਦਾ ਸੁਰੇਲੀ ਕਿੰਨੀ ਕਿਊਟ ਈ ਆਫ ਕੌਰਸ ਆਪਾਂ ਸੁਰੇਲੀ ਨਾਲ ਫੋਟੋ ਕਿਚਾਵਾਂਗੇ ਸੋ ਕਿਊਟ ਥੈਂਕ ਯੂ ਸੁਰੇਲੀ ਇਰਾਂ ਚਲੋ ਜੀ ਅਮੇਂ ਲੈਂਿਆ ਵਿਦਾ ਤੇ ਮਿਲਦੇ ਆਂ ਅਗਲੇ ਐਪੀਸੋਡ ਚ ਨਵੇਂ ਕਲਾਕਾਰਾਂ ਦੇ ਨਾਲ ਤੇ ਤੁਸੀਂ ਵੇਖਦੇ ਰਹੋ ਦ ਕ੍ਰਾਸ ਇੰਟਰਵਿਊ ਸੀਜ਼ਨ 2 अपनी या फेवरेट पंजाबी फिल्म अते शोज देखने लिए सब्सक्राइब करो पिटारा दा ऑफिशियल यूट्यूब चैनल ते प्रेस करो बेल आइकन कर। कोई भी लेटेस्ट अपडेट मिस ना करने लाये